ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ੍ਰੀ ਗੁਰੂ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੁ ਗੁਰ ਹਿਰਦੈ ਧਿਆਵੁ ਸ੍ਰੀ ਗੁਰੂ ਰਾਮਦਾਸ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰ ਰਾਏ ਨਮੋ ਕਰ ਜੋ ਹਰ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋਂ ਤਰਾ ਪਰ ਪੁੰਨ ਪੁੰਨ ਸੀਸ ਪੁੰਨ ਪੁੰਨ ਸੀਸ ਬੰਦੋਂ ਬਾਰ ਬਾਰ ਜਗਦੀਸ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ
ਸਾਹਿਬ ਜੀ ਸਾਹ ਹੁਸੈਨ ਬਾਚ ਚੁੱਪ ਵੇ ਅੜਿਆ ਚੁੱਪ ਵੇ ਅੜਿਆ ਬੋਲਣ ਦੀ ਨਹੀਂ ਜਾਏ ਵੇ ਅੜਿਆ ਸੱਜਣਾ ਬੋਲਣ ਦੀ ਜਾਏ ਨਾਹੀ ਅੰਦਰ ਬਾਹਰ ਹਿੱਕਾ ਸਾਈ ਕਿਸ ਨੂੰ ਆਖ ਸੁਣਾਈ ਇੱਕੋ ਦਿਲਬਰ ਸਭ ਘਟ ਰਵਿਆ ਦੂਜੀ ਨਹੀਂ ਕਦਾਈ ਕਹਿ ਹੁਸੈਨ ਫਕੀਰ ਨਿਮਾਣਾ ਸਤਿਗੁਰ ਤੋਂ ਬਲ ਬਲ ਜਾਹੀ ਪਤਿਤ ਪਾਵਨ ਭਗਤ ਵਰਛਲ ਕਿਰਪਾ ਨਿਧਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਤਖ਼ਤ ਚਵਰ ਛਤਰ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਏ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਸਰਬੱਤ ਸੰਗਤ ਕਿਰਪਾ ਕਰਦੇ ਹੋਏ ਫਤਿਹ ਪ੍ਰਵਾਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਬੜੇ ਪ੍ਰੇਮ ਦੇ ਨਾਲ ਸੁਣ ਹਰ ਕਥਾ ਉਤਾਰੀ ਮੈਲ ਸਤਿਗੁਰੂ ਜੀ ਦੀ ਗੁਰਮਤ ਤੋਂ ਕਥਾ ਵਿਚਾਰ ਸ਼੍ਰਵਣ ਕਰਕੇ ਜਾਣੂ ਹੋ ਰਹੇ ਹੋ। ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸ੍ਰੀ ਰਾਮਸਰ ਸਾਹਿਬ ਜੀ ਦੇ ਪਵਿੱਤਰ ਸਥਾਨ ਉੱਪਰ ਸੁਭਾਏਮਾਨ ਹਨ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰਚਦੇ ਪਏ ਹਨ, ਸੰਪਾਦਨਾ ਕਰਵਾ ਰਹੇ ਨੇ। ਸਤਿਗੁਰੂ ਜੀ ਦੀ ਬਾਣੀ ਦੇ ਵਿੱਚ ਆਪਣੀ ਬਾਣੀ ਦਰਜ ਕਰਵਾਉਣ ਵਾਸਤੇ ਭਗਤ ਕਾਨਾ ਜੀ, ਭਗਤ ਪੀਲੂ ਜੀ, ਭਗਤ ਛੱਜੂ ਜੀ ਔਰ ਸ਼ਾਹ ਹੁਸੈਨ ਸਾਹਿਬ ਇਹ ਸਤਿਗੁਰੂ ਜੀ ਦੇ ਪਾਸ ਆਏ ਸਨ। ਇਹਨਾਂ ਵਿੱਚੋਂ ਜਿਹੜੇ ਚੌਥੇ ਭਗਤ ਸ਼ਾਹ ਹੁਸੈਨ ਨੇ ਇਹ ਆਪਣਾ ਸ਼ਬਦ ਸੱਚੇ ਪਾਤਸ਼ਾਹ ਜੀ ਨੂੰ ਸ਼੍ਰਵਣ ਕਰਵਾ ਰਹੇ ਹਨ। ਇੱਥੋਂ ਪ੍ਰਸੰਗ ਆਰੰਭ ਹੁੰਦਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਮਹਾਨਤਾ ਤਿਨ੍ਹਾਂ ਦੀ ਉਸਤਤ ਦੇ ਵਿੱਚ ਭੱਟ ਸਾਹਿਬਾਨ ਬਾਣੀ ਅੰਦਰ ਫਰਮਾਉਂਦੇ ਹਨ, ਆਪ ਜੀ ਕਿਰਪਾ ਕਰਦੇ ਹਨ, ਜਬ ਲਓ ਨਹੀਂ ਭਾਗ ਲਿਲਾਰ ਉਦੈ ਤਬ ਲਓ ਭਰਮ ਤੇ ਫਿਰਤੇ ਬਹੁਤ ਆਇਓ। ਕਲ ਘੋਰ ਸਮੁੰਦਰ ਮਹਿ ਬੂਢਤ ਥੇ ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਭੱਟ ਸਾਹਿਬਾਨ ਫਰਮਾਉਂਦੇ ਨੇ ਕਿ ਕਲਯੁੱਗ ਦਾ ਸਮਾਂ ਜਿਹੜਾ ਹੈ
ਇਸ ਸਮੇਂ ਵਿੱਚ ਰਹਿ ਕੇ ਵਾਹਿਗੁਰੂ ਦੀ ਪ੍ਰਾਪਤੀ ਕਰਨੀ ਜਾਂ ਰੱਬ ਨੂੰ ਮਿਲਣਾ ਇੰਨਾ ਔਖਾ ਹੈ ਜਿਵੇਂ ਸਮੁੰਦਰ ਤੈਰ ਕੇ ਪਾਰ ਕਰਨਾ ਨਾਮੁਮਕਿਨ ਹੈ। ਗੱਲ ਮੁਸ਼ਕਲ ਦੀ ਨਹੀਂ, ਗੱਲ ਕਹਿੰਦੇ ਬਿਲਕੁਲ ਹੀ ਇੰਪੋਸੀਬਲ, ਮੁਸ਼ਕਲ ਤੇ ਹੋਣਦੀ ਜਿਹੜੀ ਹੱਲ ਹੋ ਜੇ। ਕਾਲੀਯੁਗ ਦਾ ਸਮਾਂ, ਜੇ ਕਾਲੀਯੁਗ ਦੀ ਆਪਾਂ ਸੌਖੀ ਜੀ ਵਿਆਖਿਆ ਕਰਨੀ ਚਾਹੀਏ ਤਾਂ ਕਾਲੀਯੁਗ ਮੈਨੇ ਕਲੇਸ਼ ਦਾ ਯੁੱਗ ਜਾਂ ਕਾਲਖ ਦਾ ਯੁੱਗ। ਕਾਲਖ ਜਿਵੇਂ ਜਿਵੇਂ ਬੰਦੇ ਦੇ ਦਿਲ ਵਿੱਚ ਮੈਲ ਵੱਧਦੀ ਜਾਂਦੀ ਹੈ ਨਾ, ਵਿਕਾਰ ਵੱਧਦਾ ਜਾਂਦਾ, ਗੰਦਗੀ ਵੱਧਦੀ ਜਾਂਦੀ, ਮਨ ਮੈਲੇ ਹੋਈ ਜਾਂਦੇ, ਯੁੱਗ ਬਦਲਦਾ ਜਾਂਦਾ, ਉਹੋ ਹੀ ਇਨਸਾਨ ਜੇ ਸੰਗਤ ਵਿੱਚ ਆਣ ਕੇ ਬਹਿ ਜਾਵੇ ਤੇ ਜਿਵੇਂ ਜਿਵੇਂ ਸੇਵਾ ਸਿਮਰਨ ਕਰਕੇ ਮਨ ਸ਼ੁੱਧ ਹੋਈ ਜਾਂਦਾ, ਉਸ ਸਰੀਰ ਵਿੱਚ ਯੁੱਗ ਬਦਲਦਾ ਜਾਂਦਾ। ਯੁੱਗਾਂ ਦੀ ਆਰੰਭਤਾ ਹੁੰਦੀ ਹੈ ਸਤਯੁੱਗ, ਤ੍ਰੇਤਾ, ਦੁਆਪਰ, ਪੁਨੀਏ, ਚੌਥਾ ਹੈ ਕਾਲਯੁੱਗ। ਹਿਰਦਾ 100% ਜੇ ਕਹਿ ਦਈਏ ਸ਼ੁੱਧ ਹੈ ਜਾਂ ਇੱਦਾਂ ਕਹੀਏ ਵੀ 90% ਸ਼ੁੱਧ ਹੈ ਤਾਂ ਸਤਯੁੱਗ ਹੈ, ਤੇ ਜੇ ਥੋੜ੍ਹੀ ਜਿਹੀ ਮੈਲ ਹੋਰ ਵੱਧ ਗਈ ਤੇ ਹਿਰਦੇ ਦੀ ਸਫਾਈ, ਪਵਿੱਤਰਤਾ, ਕੋਮਲਤਾ ਇਹ ਘੱਟ ਗਈ, ਹਿਰਦਾ ਮੈਲਾ ਹੋਣਾ ਸ਼ੁਰੂ ਹੋਇਆ ਤੇ ਫਿਰ ਕੀ ਆ ਗਿਆ, ਤ੍ਰੇਤਾ ਯੁੱਗ। ਜਦੋਂ ਅੱਧ ਸਫਾਈ ਰਹਿ ਗਈ ਤੇ ਅੱਧ ਮੈਲ ਹੋ ਗਈ, 50-50% ਦੋਵੇਂ ਹੋ ਗਏ, ਆ ਗਿਆ ਦੁਆਪਰ ਯੁੱਗ। ਤੇ ਜਦੋਂ ਸੱਚਾਈ, ਸ਼ੁੱਭ ਗੁਣ, ਚੰਗੇ ਕੰਮ 10% ਰਹਿ ਗਏ ਤੇ 90% ਝੂਠ ਹੀ ਰਹਿ ਗਿਆ, ਫਰੇਬ ਹੀ ਰਹਿ ਗਈ, ਠੱਗੀ ਰਹਿ ਗਈ, ਉਹ ਕੀ ਹੋ ਗਿਆ, ਕਾਲੀਯੁੱਗ। ਸਤਿਗੁਰੂ ਨੇ ਜਿਹੜੀ ਬਾਣੀ ਦੇ ਵਿੱਚ ਕਾਲੀਯੁੱਗ ਦੀ ਵਿਆਖਿਆ ਕੀਤੀ ਹੈ, ਧੰਨ ਗੁਰੂ ਨਾਨਕ ਦੇਵ ਸਾਹਿਬ ਨੇ, ਉਹ ਬੜੀ ਕਮਾਲ ਦੀ ਹੈ। ਉਹ ਕਹਿੰਦੇ ਜਿਹੜਾ ਯੁੱਗ ਆ ਨਾ, ਇਹ ਜੀਵਾਂ ਦੇ ਅੰਦਰ ਖੇਡਦਾ, ਇਹ ਬੰਦੇ ਦੇ ਮਨ ਦੇ ਵਿੱਚ ਬਦਲਦਾ ਹੈ, ਚੱਲਦਾ ਹੈ। ਬਾਹਰੋਂ ਜੇ ਤੁਸੀਂ ਵੇਖਣ ਨੂੰ ਕਹੋ ਨਾ ਵੀ ਯੁੱਗ ਬਦਲ ਗਿਆ ਵਾ ਤੇ ਸ਼ਾਇਦ ਹੁਣ ਬੰਦੇ ਬਦਲ ਗਏ ਹੋਣ, ਤਾਂ ਮਹਾਰਾਜ ਜੀ ਕਹਿੰਦੇ ਨੇ ਬਾਣੀ ਦੇ ਵਿੱਚ ਸੋਈ ਦਿਵਸ ਚੜ੍ਹੇ ਸੇ ਤਾਰੇ, ਸੋਈ ਦਿਨੀਅਰ ਤਪਤ ਰਹੇ ਸਾ ਧਰਤੀ, ਸੋ ਪੌਣ ਝੁਲਾਰੇ ਜੁਗ ਜੀ ਖੇਲੇ ਥਾਵ ਕੈਸੇ। ਤਾਰੇ ਵੀ ਉਹੋ ਹੀ ਹੈ, ਚੰਦਰਮਾ ਵੀ ਉਹੋ ਹੀ, ਹਵਾ ਵੀ ਉਹੋ ਹੀ ਵਗਦੀ ਜਿਹੜੀ ਸਤਯੁਗ ਚ ਵਗਦੀ ਸੀ। ਗਰਮੀ ਵਿੱਚ ਗਰਮੀ ਪੈਂਦੀ ਆ, ਹੁਣ ਵੀ ਤਪਿਸ਼ ਉਦਾਂ ਹੀ ਲੱਗਦੀ ਜਿਹੜਾ ਪਹਿਲਾਂ ਲੱਗਦੀ ਸੀ, ਠੰਡ ਚ ਠੰਡ ਪੈਂਦੀ, ਹੁਣ ਵੀ ਠੰਡ ਉਦਾਂ ਹੀ ਲੱਗਦੀ ਜਿੱਦਾਂ ਪਹਿਲਾਂ ਲੱਗਦੀ ਸੀ। ਫਿਰ ਯੁੱਗ ਕਿੱਥੇ ਆਇਆ ਤਾਂ ਮਹਾਰਾਜ ਕਹਿੰਦੇ ਯੁੱਗ ਜੀ ਖੇਲੇ,
ਇਹ ਜੀਆਂ ਦੇ ਅੰਦਰ ਖੇਡਦਾ ਹੈ। ਬਾਹਰੋਂ ਥਾਂ ਕੈਸੇ, ਜੇ ਤੂੰ ਬਾਹਰ ਇਹਦਾ ਥਾਂ ਭਾਲੇ ਤੇ ਕਿੱਥੇ ਲੱਭੂ ਤੈਨੂੰ। ਤਾਂ ਸਤਿਗੁਰੂ ਕਲਯੁੱਗ ਦੀ ਵਿਆਖਿਆ ਕਰਦੇ ਹੋਏ ਕਹਿੰਦੇ ਜੀਵਨ ਤਲਬ ਨਿਵਾਰ, ਹੋਵੈ ਪਰਵਾਣਾ ਕਰਹਿ ਤਿੰਘਾਣਾ ਕਲ ਲੱਖਣ ਵਿਚਾਰ। ਜਦੋਂ ਲੋਕ ਧੱਕਾ ਕਰਨ ਵਾਲੇ ਨੂੰ ਪ੍ਰਵਾਨ ਕਰਨਗੇ, ਮਾੜੇ ਕੰਮ ਵਾਲੇ ਨੂੰ ਇੱਜ਼ਤ ਮਿਲੇਗੀ, ਇਹੀ ਕਲਯੁੱਗ ਹੈ। ਜਾਂ ਅੱਗੇ ਇਸੇ ਸ਼ਬਦ ਵਿੱਚ ਮਹਾਰਾਜ ਜੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਬਚਨ ਕਰਦੇ ਨੇ, ਸਤਿਗੁਰੂ ਫਰਮਾਉਂਦੇ ਨੇ ਬਾਣੀ ਅੰਦਰ, ਜੇ ਕੋ ਸੱਤ ਕਰੇ ਸੋ ਸ਼ੀਜੈ। ਜਿਹੜਾ ਸੱਚ ਤੇ ਚੱਲੂਗਾ ਨਾ, ਲੋਕ ਉਹਨੂੰ ਮਖੌਲ ਕਰਨਗੇ, ਜਾਂ ਫਿਰ ਉਹ ਖੱਜਲ ਖਰਾਬ ਹੋਊਗਾ ਇਸ ਦੁਨੀਆਂ ਚ ਜਿਹੜਾ ਸੱਚ ਤੇ ਚੱਲੂਗਾ। ਤਪੀਆਂ ਘਰ ਤਾਪ ਨਾ ਹੋਈ, ਜਿਹੜੇ ਤਪਸਵੀ ਹੋਣਗੇ ਉਹ ਨਾਂ ਦੇ ਤੇ ਤਪਸਵੀ ਹੋਣਗੇ, ਪਰ ਉਹਨਾਂ ਦੇ ਤਾਪ ਵਿੱਚ ਕੋਈ ਤੇਜ ਨਹੀਂ ਹੋਊਗੀ, ਕੋਈ ਬਰਕਤ ਨਹੀਂ ਹੋਊਗੀ, ਕੋਈ ਸ਼ਕਤੀ ਨਹੀਂ ਹੋਊਗੀ, ਕੋਈ ਵਰ ਨਹੀਂ ਫੁਰੂਗਾ, ਕੁਝ ਨਹੀਂ ਹੋਊਗਾ, ਬਸ ਨਾਂ ਦਾ ਹੀ ਤਪਸਵੀ ਹੋਊਗਾ। ਨਾਂ ਰੱਖਿਆ ਹੋਊਗਾ ਤਪਸਵੀ, ਤੇ ਰੱਜ ਕੇ ਸੌਂਦਾ ਹੋਊਗਾ, ਸੁੱਤਾ ਬਣਾ ਉੱਠਦਾ ਹੋਊਗਾ। ਹਾਲਾਂਕਿ ਜਿਹੜੇ ਤਪਸਵੀ ਉਹ ਤੇ ਰਾਤ ਨੂੰ ਸੌਂਦੇ ਹੀ ਨੇ, ਉਹ ਤੇ ਦਿਨੇ ਸੌਂਦੇ, ਦੋ ਘੰਟੇ ਤਿੰਨ ਘੰਟੇ ਉਹ ਤੇ ਸੌਂਦੇ ਹੀ ਨਹੀਂ ਰਾਤ ਨੂੰ। ਨਾ ਕਹਿੰਦੇ ਤਪਸਵੀ ਹੋਊ, ਪਰ ਤਾਪ ਨਾਂ ਦੀ ਚੀਜ਼ ਕੋਈ ਨਹੀਂ। ਜੇ ਕੋ ਨਾਉ ਲਏ ਬਦਨਾਵੀ, ਕਲ ਕੇ ਲੱਖਣ ਏ। ਜਿਹੜਾ ਨਾਮ ਜਪੇਗਾ ਨਾ, ਉਹਦੀ ਲੋਕ ਬਦਨਾਮੀ ਕਰਿਆ ਕਰਨਗੇ। ਇਹ ਕਹਿੰਦੇ ਮੈਂ ਤੈਨੂੰ ਕਲਯੁੱਗ ਦੀਆਂ ਨਿਸ਼ਾਨੀਆਂ ਦੱਸਦਾ। ਤਾਂ ਨਿਚੋੜ ਕੀ ਨਿਕਲਦਾ ਹੈ, ਜਿਹੜੀ ਦਿਲਾਂ ਦੀ ਕਾਲਖ ਹੈ ਇਹੀ ਕਲਯੁੱਗ, ਜਿਹੜੀ ਦਿਲਾਂ ਦੀ ਮੈਲ ਆ ਇਹੀ ਕਲਯੁੱਗ। ਆ ਤੁਹਾਡੇ ਇਹਨਾਂ ਦੇਸ਼ਾਂ ਦੇ ਵਿੱਚ ਵੀ ਕਈ ਵਾਰੀ ਬੜੇ ਹੈਰਾਨ ਹੋਈ ਦਾ, ਰਸ਼ੀਆ ਦੀ ਗੱਲ ਮੈਂ ਪੜ੍ਹਦਾ ਪਿਆ ਸੀ, 9 ਸਾਲ ਦਾ ਬੱਚਾ ਕਲਯੁੱਗ, 9 ਸਾਲ ਦਾ ਬੱਚਾ, ਤੇ ਆਪ ਜੀ ਜਾਣਦੇ ਹੋ ਵੀ ਮਾਪਿਆਂ ਨੂੰ ਕਿੱਡਾ ਪਿਆਰਾ ਹੁੰਦਾ ਬੱਚਾ। ਜਿਹੜਾ ਵਾਇਰਲ ਇਨਫੈਕਸ਼ਨ ਕਰਕੇ ਬਿਮਾਰ ਰਹਿੰਦਾ ਵਾ, ਉਹਦੀ ਮਾਂ ਉਹਨੂੰ ਹੌਸਪੀਟਲ ਦਿਖਾਉਣ ਲੈ ਕੇ ਗਈ, ਤੇ ਡਾਕਟਰਾਂ ਨੇ ਆਖਿਆ ਵੀ ਇਹਨੂੰ ਐਡਮਿਟ ਕਰਨਾ ਪੈਣਾ ਵਾ, ਪਰ ਉਹਨੇ ਐਡਮਿਟ ਨਹੀਂ ਕਰਾਇਆ। ਤੁਸੀਂ ਪੁੱਛੋਗੇ ਕਿਉਂ? ਕਿਉਂਕਿ ਉਹ ਆਪਦੀਆਂ ਛੁੱਟੀਆਂ ਨਹੀਂ ਸੀ ਖਰਾਬ ਕਰਨਾ ਚਾਹੁੰਦੇ। ਬੱਚੇ ਨੂੰ ਘਰੇ ਲਿਆ ਕੇ ਸ਼ਰਾਬ ਪਿਆਤੀ ਵੀ ਇਹ ਸੁੱਤਾ ਰਵੇ ਤੇ ਮੈਨੂੰ ਬੋਦਰ ਨਾ ਕਰੇ, ਤੇ ਮੈਂ ਹਾਰ ਸ਼ਿੰਗਾਰ ਲਾ ਕੇ ਨਾ ਪਾਰਟੀ ਵਿੱਚ ਨੱਚ ਟੱਪ ਲਵਾਂ। ਅਕਾਲੀ ਯੁੱਗ ਨਹੀਂ ਤੇ ਕੀ ਦੱਸੂ। ਪਿਆ ਕੇ ਸ਼ਰਾਬ ਉਹਨੂੰ ਸਵਾ ਦਿੱਤਾ ਤੇ ਉਹ ਐਸਾ ਸੁੱਤਾ ਫਿਰ ਉੱਠਿਆ ਹੀ ਨਾ। ਅੱਜ ਤੱਕ ਸੁਣਿਆ ਸੀ ਵੀ
ਮਤਰੇਈ ਮਾਂ ਚਲੋ ਏਦਾਂ ਕਰ ਲਈਦੀ ਹੋਊਗੀ, ਜਿੰਨੇ ਜੰਮਿਆ ਉਹਦੀ ਗੱਲ ਦੱਸਣ ਡਿਆ ਮੈਂ ਤਾਂ, ਤੇ ਜਿਹਦੇ ਨਾਲ ਵਿਆਹੀ ਉਹ ਮਤਰਿਆ ਪਿਓ ਉਹਦਾ, ਉਹਨੂੰ ਵੀ ਪਤਾ ਸੀ ਵੀ ਬੱਚਾ ਢਿੱਲਾ, ਪਰ ਉਹਨੇ ਥੋੜੀ ਜੰਮਿਆ ਸੀ, ਉਹਨੇ ਵੀ ਕੇਅਰ ਨਹੀਂ ਕੀਤੀ। ਇਹਨੂੰ ਕਹਿੰਦੇ ਕਾਲੀਯੁਗ। ਹੋਰ ਕਾਲੀਯੁਗ ਕੀ ਹੁੰਦਾ? ਭਾਵੇਂ ਕਿ ਭਾਈ ਗੁਰਦਾਸ ਸਾਹਿਬ ਦੀ ਬਾਣੀ ਕਿੱਡੀ ਕਮਾਲ ਦੀ ਹੈ, ਜੇ ਸੰਗਤ ਵਿੱਚ ਨਾ ਲੈ ਕੇ ਆਓਗੇ ਬੱਚਿਆਂ ਨੂੰ ਜਾਂ ਮਾਤਾ ਪਿਤਾ ਆਪ ਵੀ ਨਾ ਆਉਣਗੇ ਤੇ ਕੀ ਪਤਾ ਲੱਗੂ ਲੋਕਾਂ ਨੂੰ ਵੀ ਸੰਗਤ 'ਚ ਕੀ ਸੁਧਾਰ ਹੁੰਦਾ। ਸੰਗਤ ਦੇ ਵਿੱਚ ਕਿੱਡਾ ਵੱਡਾ ਮਾਣ ਦਿੱਤਾ ਗਿਆ ਮਾਂ ਪਿਓ ਨੂੰ, ਮਾਂ ਪਿਓ ਪਰ ਹਰ ਸੁਣੇ ਵੇਦ ਭੇਦ ਨਾ ਜਾਣੇ ਕਥਾ ਕਹਾਣੀ, ਮਾਂ ਪਿਓ ਨੂੰ ਦਿੰਦਾ ਧੱਕਾ ਤੇ ਗੁਰਦੁਆਰੇ ਬੈਠਾ ਸੁਣਦਾ ਕਥਾ, ਮੰਦਰ 'ਚ ਸੁਣਦਾ ਵੇਦ, ਕਹਿੰਦੇ ਕੀ ਅਕਲ ਸਿੱਖੀ ਆ, ਵੇਦਾਂ ਨੇ ਜਿਹੜੀ ਅਕਲ ਦਿੱਤੀ ਉਹ ਤੇ ਤੇਰੇ ਤੇ ਅਸਰ ਨਹੀਂ ਕਰਦੀ, ਬਸ ਕੰਨਾਂ ਦਾ ਖੜਾ ਕੀ ਆ। ਮਾਂ ਪਿਓ ਪਰ ਹਰ ਕਰੇ ਤਾਪ, ਭਾਈ ਗੁਰਦਾਸ ਸਾਹਿਬ ਨੇ ਕਮਾਲ ਕੀਤੀ ਪਈ, ਵਣਖੰਡ ਭੁੱਲਾ ਫਿਰੇ ਬੇਬਾਣੀ, ਮਾਤਾ ਪਿਤਾ ਨੂੰ ਛੱਡ ਕੇ ਬਣਿਆ ਫਿਰਦਾ ਤਪਸਵੀ, ਕਹਿੰਦੇ ਐਵੇਂ ਵਾਰਾ ਹੀ ਭੌਂਦਾ ਫਿਰਦਾ ਵਾ, ਵਾਰਾ ਤੁਰਿਆ ਫਿਰਦਾ, ਤੇਰਾ ਤਾਪ ਕਿਸੇ ਲੇਖੇ ਨਹੀਂ, ਜਿਵੇਂ ਅਵਾਰਾ ਪਸ਼ੂ ਨਹੀਂ ਤੁਰੇ ਫਿਰਦੇ ਹੁੰਦੇ, ਅਵਾਰਾ ਪਸ਼ੂ ਡੰਗਰ ਤੁਰੇ ਫਿਰਦੇ ਹੁੰਦੇ, ਇਹ ਹਾਲਤ ਇਸ ਤਪਸਵੀ ਦੀ ਹੈ। ਮਾਂ ਪਿਓ ਪਰ ਹਰ ਕਰੇ ਪੂਜ, ਮਾਂ ਪਿਓ ਦੀ ਸੇਵਾ ਨਹੀਂ ਸਤਿਕਾਰ ਨਹੀਂ ਤੇ ਮੰਦਰ 'ਚ ਜਾ ਕੇ ਪੂਜਾ ਕਰਦਾ ਖੋੜਸ ਪ੍ਰਕਾਰ ਦੀ, 16 ਤਰ੍ਹਾਂ ਦੀ ਦੇਵੀ ਦੇਵ ਸਾਰ ਨਾ ਜਾਣੀ, ਇਹੋ ਜਿਹੀ ਪੂਜਾ ਨੂੰ ਕੋਈ ਵੀ ਦੇਵਤਾ ਪ੍ਰਵਾਨ ਨਹੀਂ ਕਰਦਾ, ਸਾਰੀ ਉਮਰ ਕਰੀ ਜਾ ਆਪਾਂ। ਮਾਂ ਪਿਓ ਪਰ ਹਰ ਨਹਾਵਣਾ, ਮਾਤਾ ਪਿਤਾ ਨੂੰ ਛੱਡ ਕੇ ਤੀਰਥਾਂ ਤੇ ਨਹਾਉਂਦਾ ਫਿਰਦਾ, ਤਾਂ ਭਾਈ ਗੁਰਦਾਸ ਸਾਹਿਬ ਕਹਿੰਦੇ ਐਵੇਂ ਪਾਣੀ 'ਚ ਗੋਤੇ ਖਾਂਦਾ ਫਿਰਦਾ। ਉਹਨਾਂ ਤੇ ਬੜਾ ਲੰਮਾ ਦ੍ਰਿਸ਼ਟਾਂਤ ਖਿੱਚਿਆ, ਅਖੀਰ ਨਿਚੋੜ ਕੇ ਕੱਢਿਆ, ਗੁਰ ਪਰਮੇਸ਼ਰ ਸਾਰ ਨਾ ਜਾਣੀ, ਜਿਨ੍ਹੇ ਮਾਂ ਪਿਓ ਦੀ ਸੇਵਾ ਨਹੀਂ ਨਾ ਕੀਤੀ, ਸਤਿਕਾਰ ਨਹੀਂ ਕੀਤਾ, ਮਾਣ ਨਹੀਂ ਕੀਤਾ, ਗੁਰੂ ਤੇ ਰੱਬ ਉਹਦੀ ਬਾਂਹ ਨਾ ਫੜਨਗੇ ਕਦੀ। ਵੈਸੇ ਅਰਥ ਆਪਾਂ ਇੱਦਾਂ ਕਰਦੇ ਵੀ ਗੁਰੂ ਪਰਮੇਸ਼ਰ ਦੀ ਉਹਨੇ ਸਾਰ ਨਹੀਂ ਜਾਣੀ, ਪਰ ਮੈਨੂੰ ਇੱਦਾਂ ਥੋੜ੍ਹਾ ਜ਼ਿਆਦਾ ਲੱਗਦਾ ਵੀ ਗੁਰੂ ਤੇ ਪਰਮੇਸ਼ਰ ਉਹਦੀ ਸਾਰ ਨਹੀਂ ਜਾਣਨਗੇ, ਉਹਦੀ ਬਾਂਹ ਨਹੀਂ ਫੜਨਗੇ ਕਦੀ। ਏਡਾ ਵੱਡਾ ਮਾਤਾ ਪਿਤਾ ਨੂੰ ਦਰਜਾ, ਕਹਿੰਦੇ ਮਾਪੇ ਕੁਮਾਪੇ ਨਹੀਂ ਹੁੰਦੇ, ਤੇ ਆ ਸੁਣ ਲਓ ਗੱਲ, ਸ਼ਰਾਬ ਪਿਆ ਕੇ ਬੱਚੇ ਨੂੰ ਵੀ ਇਹ ਸੁੱਤਾ ਰਵੇ ਤੇ ਮੈਂ ਖੇਹ ਖਾ ਲਾਂ ਪਾਰਟੀ 'ਚ ਜਾ ਕੇ, ਸਿਰ 'ਚ ਸਵਾਹ ਪਾ ਲਾਂ ਆਪਦੇ ਨਵੇਂ ਖਸਮ ਨਾਲ, ਵੀ ਮੈਂ ਨੱਚਾਂ ਟੱਪਾਂ ਪਾਰਟੀਆਂ 'ਚ ਜਾ ਕੇ ਕਲੱਬਾਂ 'ਚ, ਇਹ ਸੁੱਤਾ ਰਵੇ ਮੇਰੇ ਆਉਂਦੇ ਤੱਕ। ਇੱਥੋਂ ਤੱਕ ਨੀਚ ਪੁਣਾ ਬਿਨਾਂ ਸੰਗਤ ਤੋਂ ਤੇ ਬਿਨਾਂ ਰੱਬ ਦੇ ਨਾਮ ਜਪਣ ਤੋਂ ਪੈਦਾ ਹੁੰਦਾ ਦਿਲਾਂ ਦੇ ਵਿੱਚ, ਇਹ ਕੀ ਆ ਕਾਲੀਯੁਗ। ਚਲੋ ਆਪਾਂ ਕਹਾਂਗੇ ਜੀ ਕਾਲੀਯੁਗ ਆ ਗਿਆ, ਮਾਪੇ ਇੱਦਾਂ ਦੇ ਹੋ ਗਏ, ਬੱਚੇ ਬੜੇ ਚੰਗੇ ਆ। ਤੁਹਾਨੂੰ ਇੱਕ ਹੋਰ ਨਵੀਂ ਗੱਲ ਸੁਣਾਉਣਾ,
ਸਤਾਈ ਸਾਲ ਦਾ ਮੁੰਡਾ ਵਕੀਲ ਬਣਿਆ ਤੇ ਉਹਨੇ ਫੈਸਲਾ ਕੀਤਾ ਵਾ ਵੀ ਮਾਂ ਪਿਓ ਤੇ ਕੇਸ ਠੋਕਣਾ ਵਾ ਕਾਹਦੇ ਵਾਸਤੇ ਭਲਾ ਇਹ ਮੇਰੀ ਮਰਜ਼ੀ ਤੋਂ ਬਿਨਾਂ ਮੈਨੂੰ ਕਿਉਂ ਜੰਮਿਆ ਆਖੋ ਸਤਨਾਮ ਆ ਸੁਣ ਲਓ ਸਾਰੇ ਧਿਆਨ ਨਾਲ ਮਾਤਾਵਾਂ ਭੈਣਾਂ ਬਜ਼ੁਰਗ ਬੈਠੇ ਮੇਰੀ ਰੈ ਨਹੀਂ ਲਈ ਮੈਨੂੰ ਜੰਮਣ ਲੱਗਿਆ ਮੇਰੀ ਰੈ ਜ਼ਰੂਰੀ ਸੀ ਮੈਨੂੰ ਜੰਮਣ ਲੱਗਿਆ ਇਸ ਕਰਕੇ ਦੋਵੇਂ ਕਹਿੰਦਾ ਮੈਂ ਅੰਦਰ ਦੇਣੇ ਆ ਅਸੀਂ ਠੇਕਾ ਲਿਆ ਕਰਜ਼ਾ ਲਿਆ ਇਹਨਾਂ ਦਾ ਮਾਂ ਪਿਓ ਦੀ ਸੇਵਾ ਕਰਨ ਦਾ ਉਹ ਲਿਖਦਾ ਉੱਥੇ ਆਹ ਹਾਲ ਹੋ ਚੁੱਕਾ ਹੈ ਬਿਨਾਂ ਸੰਗਤ ਤੋਂ ਜਾਂ ਬਿਨਾਂ ਨਾਮ ਤੋਂ ਮਹਾਰਾਜ ਕਹਿੰਦੇ ਮੈਨੂੰ ਤੇ ਉਹ ਮੂੰਹ ਭੂਤਣਿਆਂ ਵਰਗੇ ਲੱਗਦੇ ਜਿਹੜੇ ਨਾਮ ਨਹੀਂ ਜਪਦੇ ਜੀਵਨ ਏਡਾ ਭ੍ਰਿਸ਼ਟ ਹੋ ਜਾਂਦਾ ਹੈ ਤੇ ਜਦੋਂ ਗੁਰੂ ਦੀ ਸੰਗਤ ਦੇ ਵਿੱਚ ਆਈਦਾ ਹੈ ਮਹਾਰਾਜ ਜੀ ਕਹਿੰਦੇ ਨੇ ਬਾਣੀ ਵਿੱਚ ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ ਹੁਣ ਸੱਜਣਾ ਕਾਲੀਯੁੱਗ ਆ ਗਿਆ ਜੇ ਬਚਣਾ ਤੇ ਇੱਕ ਨਾਮ ਜਪ ਫਿਰ ਜਾਂ ਮਹਾਰਾਜ ਜੀ ਨੂੰ ਪੁੱਛਿਆ ਮਹਾਰਾਜ ਕਾਲਖ ਜਿਹੜੀ ਹਿਰਦੇ ਦੀ ਮੈਲ ਆ ਕਿੱਦਾਂ ਮਿਟਦੀ ਆ ਤਾਂ ਸਤਿਗੁਰੂ ਕਹਿੰਦੇ ਭਰੀਏ ਮਤ ਪਾਪਾਂ ਕੇ ਸੰਗ ਉਹ ਧੁੱਪੈ ਨਾਵੇ ਕੇ ਰੰਗ ਨਾਮ ਜਪਣ ਨਾਲ ਮਿਟਦੀ ਗੁਰੂ ਸਾਹਿਬ ਧੰਨ ਗੁਰੂ ਅਰਜਨ ਦੇਵ ਸਾਹਿਬ ਦਾ ਕਮਾਲ ਦਾ ਸਿਧਾਂਤ ਸੀ ਜੇ ਪੀਲੂ ਜੀ ਨੇ ਜਾਂ ਛੱਜੂ ਜੀ ਨੇ ਕਹਿ ਦਿੱਤਾ ਨਾ ਵੀ ਕਾਗਜ਼ ਸੰਧੀ ਪੂਤਲੀ ਤਾਂ ਉਹਨਾਂ ਤ੍ਰਿਆ ਨਿਹਾਰ ਕਾਗਜ਼ਾਂ ਦੀ ਬਣੀ ਹੋਈ ਇਸਤਰੀ ਵੀ ਨਾ ਵੇਖੀ ਉਹਨੂੰ ਵੀ ਫਿਰ ਮਹਾਰਾਜ ਨੇ ਜਵਾਬ ਦੇ ਦਿੱਤਾ ਤੇ ਜੇ ਪੀਲੂ ਜੀ ਨੇ ਕਹਿ ਦਿੱਤਾ ਵੀ ਜੰਮਦਿਆਂ ਹੀ ਮਰ ਗਏ ਉਹ ਭਲੇ ਉਹਨੂੰ ਵੀ ਸਤਿਗੁਰੂ ਜੀ ਨੇ ਜਵਾਬ ਦਿੱਤਾ ਜਿਹੜੇ ਗੁਰੂ ਸਾਹਿਬ ਹੁੰਦੇ ਨਾ ਜਿਹੜੇ ਮਹਾਂਪੁਰਸ਼ ਹੁੰਦੇ ਆ ਮਹਾਤਮਾ ਹੁੰਦੇ ਆ ਇਹਨਾਂ ਦਾ ਤੇ ਆਮ ਬੰਦੇ ਦਾ ਬਹੁਤ ਜ਼ਿਆਦਾ ਫਰਕ ਹੁੰਦਾ ਜ਼ਮੀਨ ਅਸਮਾਨ ਦਾ ਆਮ ਬੰਦਾ ਜਿਹੜਾ ਨਾ ਫਿਲੋਸਫਰ ਤੇ ਮਹਾਤਮਾ ਚ ਫਰਕ ਕੀ ਆ ਫਿਲੋਸਫਰ ਤੇ ਮਹਾਤਮਾ ਚ ਫਿਲੋਸਫਰ ਰੱਬ ਨੂੰ ਅਕਲ ਦੇ ਨਾਲ ਸਿੱਧ ਕਰਦਾ ਦਲੀਲ ਨਾਲ ਮਹਾਤਮਾ ਨੂੰ ਦਲੀਲ ਨਹੀਂ ਲੋੜ ਹੁੰਦੀ ਕਿਉਂ ਉਹਨੇ ਵੇਖਿਆ ਹੁੰਦਾ ਉਹ ਸਿੱਧਾ ਹੀ ਕਰਦਾ ਹੁਣ ਇਹਦਾ ਮਤਲਬ ਇਹ ਨਹੀਂ ਵੀ ਮਹਾਤਮਾ ਦੀ ਬਾਣੀ ਬਿਨਾਂ ਦਲੀਲ ਤੋਂ ਹੁੰਦੀ ਆ ਫਰਕ ਇਹ ਆ ਵੀ ਕਜਾ ਤੁਸੀਂ ਕਿਸੇ ਬੰਦੇ ਬਾਰੇ ਸੁਣਿਆ ਤੇ ਕਜਾ ਤੁਸੀਂ ਉਹਨੂੰ ਸਿੱਧਾ ਹੀ ਮਿਲੇ ਇੰਨਾ ਫਰਕ ਹੁੰਦਾ ਦੋਵਾਂ 'ਚ ਆਮ ਬੰਦਾ ਕਥਾ ਕਰੂਗਾ ਤੇ ਮਹਾਰਾਜ ਕਹਿਣਗੇ ਕਥਾ ਜਾਂ ਵਖਿਆ ਜਦੋਂ ਕੋਈ ਮਹਾਤਮਾ ਬੋਲੇਗਾ ਤਾਂ ਮਹਾਰਾਜ ਕਹਿਣਗੇ ਬਾਣੀ ਉਚਰੈ ਸਾਧ ਜਨ ਅੰਮਿਓ ਚੱਲੈ ਝਰਨੇ ਜੀਓ ਜਦੋਂ ਕੋਈ ਮਹਾਤਮਾ ਕਥਾ ਕਰੂਗਾ ਤੇ ਮਹਾਰਾਜ ਜੀ ਕਹਿਣਗੇ ਤੇਰਾ ਭਲਾ ਹੋ ਜੇ ਆ ਤੇ ਅੰਮ੍ਰਿਤ ਹੀ ਵਰਦਾ ਪਿਆ ਉੱਥੇ ਕਥਾ ਨਹੀਂ ਕਹਿਣਗੇ ਇੰਨਾ ਫਰਕ ਗੁਰਬਾਣੀ ਮੁਤਾਬਕ ਇੱਕ ਨਾ ਬੜੇ ਵੱਡੇ ਆਚਾਰੀਆ ਹੋਏ ਨੇ ਉਹਨਾਂ ਦਾ ਸ਼ਾਇਦ ਨਾਂ ਆਉਂਦਾ ਰਾਮਾਨੁਜ ਲੋਕ ਬੜੀ ਦੂਰ ਤੋਂ ਉਹਨਾਂ ਕੋਲੇ ਨਾ ਆਪਣੇ ਦੁੱਖ ਲੈ ਕੇ ਆਉਂਦੇ ਹੁੰਦੇ ਸੀ ਸਮੱਸਿਆ ਲੈ ਕੇ ਆਉਂਦੇ ਹੁੰਦੇ ਸੀ ਤੇ ਉਹ ਸਮਾਧਾਨ ਕਰਦੇ ਹੁੰਦੇ ਸੀ ਉਹਦਾ
ਉਹਨਾਂ ਦਾ ਉਪਦੇਸ਼ ਬੜਾ ਸਿੱਧਾ ਜਿਹਾ ਸੀ। ਉਹ ਕਹਿੰਦੇ ਸੀ ਵੀ ਸਾਰੇ ਸਾਧਨਾ ਤੋਂ ਉੱਚਾ ਸਾਧਨਾ ਪ੍ਰੇਮ, ਸਿਰਫ ਰੱਬ ਨਾਲ ਪ੍ਰੇਮ ਕਰੋ ਤੇ ਰੱਬ ਦੀ ਬਣਾਈ ਹੋਈ ਸ੍ਰਿਸ਼ਟੀ ਜੀਵ ਜੰਤੂ ਇਹ ਸਾਰਿਆਂ ਨਾਲ ਪ੍ਰੇਮ ਕਰੋ ਤੁਸੀਂ, ਤੇ ਜਿੰਨੇ ਤੁਹਾਡੇ ਦੁੱਖ ਨੇ ਤਕਲੀਫਾਂ ਨੇ ਉਹ ਸਾਰੇ ਰੱਬ ਨੂੰ ਸੌਂਪ ਦਿਓ, ਉਹਨਾਂ ਦੇ ਉਪਦੇਸ਼ ਦੇ ਨਾਲ ਬੜੇ ਬੜੀਆਂ ਸਮੱਸਿਆ ਬੜੇ ਬੜੇ ਦੁੱਖ ਲੋਕਾਂ ਦੇ ਕੱਟੇ ਜਾਂਦੇ ਸੀ। ਉਪਦੇਸ਼ ਇੰਨਾ ਕੀ ਸੀ ਬਸ ਵੀ ਜਿੰਨੀ ਸਮੱਸਿਆ ਜਿੰਨਾ ਦੁੱਖ ਆ ਉਹ ਸਾਰਾ ਆਣ ਕੇ ਮਹਾਰਾਜ ਅੱਗੇ ਅਰਦਾਸ ਕਰਕੇ ਕਹਿ ਦਿਓ ਆ ਚੁੱਕ ਮਹਾਰਾਜ ਤੇਰਾ, ਮੇਰੀ ਕੋਈ ਟੈਨਸ਼ਨ ਨਹੀਂ। ਉਹ ਮਨ ਸ਼ਾਂਤ ਹੋ ਜਾਂਦਾ ਸੀ ਅਗਲੇ ਦਾ, ਜਿਹੜਾ ਕੰਮ ਆਪਣੇ ਤੋਂ ਨਾ ਹੋਵੇ ਫਿਰ ਉਹ ਰੱਬ ਨੂੰ ਕਹਿ ਦੇਣਾ ਚਾਹੀਦਾ ਤੁਸੀਂ ਕਰ ਦਿਓ ਜੀ, ਸਾਡੀ ਤੇ ਵੱਸ ਦੀ ਗੱਲ ਨਹੀਂ, ਐਵੇਂ ਸਿਰ ਤੇ ਟੈਨਸ਼ਨ ਚੁੱਕੀ ਫਿਰਦੀ। ਉਹਦੇ ਕੋਲੇ ਨਾ ਇੱਕ ਨੌਜਵਾਨ ਸਾਧੂ ਆਇਆ, ਲੜਕਾ ਆਇਆ, ਉਹ ਕਹਿੰਦਾ ਜੀ ਮੈਨੂੰ ਆਪਣਾ ਸ਼ੀਸ਼ ਬਣਾਓ। ਸਵਾਮੀ ਜੀ ਨੇ ਨਾ ਬੜੇ ਧਿਆਨ ਦੇ ਨਾਲ ਉਹਨੂੰ ਵੇਖਿਆ, ਆਚਾਰੀਆ ਜੀ ਨੇ ਬੜੇ ਧਿਆਨ ਦੇ ਨਾਲ ਉਹਨੂੰ ਦੇਖਿਆ, ਕਹਿੰਦੇ ਵੀ ਤੂੰ ਮੇਰਾ ਸਿੱਖ ਕਿਉਂ ਬਣਨਾ ਚਾਹੁੰਦਾ ਹਾਂ? ਕਹਿੰਦਾ ਜੀ ਮੈਂ ਪਰਮਾਤਮਾ ਨੂੰ ਪਾਉਣਾ ਚਾਹੁੰਦਾ ਵਾਂ, ਇਸ ਕਰਕੇ ਸਿੱਖ ਬਣਨਾ ਚਾਹੁੰਦਾ ਵੀ ਪਰਮਾਤਮਾ ਨਾਲ ਮੇਰਾ ਪ੍ਰੇਮ ਪੈ ਜੇ। ਉਹ ਸੋਚ ਸਾਜ ਕੇ ਕਹਿਣ ਲੱਗੇ ਵੀ ਪਰਮਾਤਮਾ ਨਾਲ ਪ੍ਰੇਮ ਪੈ ਜੇ, ਪਰਮਾਤਮਾ ਨੂੰ ਤੂੰ ਪਾ ਲਵੇਂ, ਪਰ ਮੇਰੀ ਇੱਕ ਬੇਨਤੀ ਆ ਤੇਰੇ ਕੋਲੇ। ਉਹ ਬੜੇ ਨਿਮਰਤਾ ਵਾਲੇ ਸੀ। ਆਚਾਰੀਆ ਜੀ ਕਹਿਣ ਲੱਗੇ, ਕਹਿੰਦੇ ਵੀ ਪਹਿਲਾਂ ਇਹ ਦੱਸ ਵੀ ਤੂੰ ਰੱਬ ਤੋਂ ਪਹਿਲਾਂ ਕਿਹਨੂੰ ਕਿਹਨੂੰ ਪ੍ਰੇਮ ਕੀਤਾ? ਮੈਂ ਉੱਥੇ ਆ ਰਿਹਾ ਕਾਗਦ ਸੰਧੀ ਪੂਤਲੀ ਜਾਂ ਜਿੰਨਾ ਸਿਧਾਂਤ, ਰੱਬ ਤੋਂ ਪਹਿਲਾਂ ਤੁਸੀਂ ਕਿਹਨੂੰ ਪ੍ਰੇਮ ਕੀਤਾ? ਮਾਤਾ ਪਿਤਾ ਨੂੰ ਕੀਤਾ ਪ੍ਰੇਮ, ਭੈਣ ਭਾਈ ਨੂੰ ਪ੍ਰੇਮ ਕੀਤਾ, ਭਰਾ ਨੂੰ ਪ੍ਰੇਮ ਕੀਤਾ, ਭੈਣ ਨੂੰ ਪ੍ਰੇਮ ਕੀਤਾ? ਅੱਜ ਕੱਲ੍ਹ ਤੇ ਜਿਹੜੀ ਸਕੀ ਹੁੰਦੀ ਉਹਦੇ ਨਾਲ ਬਣਦੀ ਨਹੀਂ, ਤੇ ਜਿਹੜੀ ਹੋਰ ਹੁੰਦੀ ਉਹਨੂੰ ਭੈਣ ਬਣਾ ਲੈਂਦੇ, ਕਿਉਂ ਉਹਨੇ ਮੰਗਣਾ ਨਹੀਂ ਹੁੰਦਾ, ਸਕੀ ਨੇ ਗੱਲ ਚ ਅੰਗੂਠਾ ਦੇਣਾ ਹੁੰਦਾ, ਦੇ ਮੈਨੂੰ ਆਵੇ ਦੇ ਮੈਨੂੰ ਆਵੇ। ਅੱਜ ਕੱਲ੍ਹ ਤੇ ਹਿਸਾਬ ਕਿਤਾਬ ਚੱਲਦੇ। ਤੁਸੀਂ ਕਿਤੇ ਸੋਚਿਆ ਵੀ ਆਪਦਿਆਂ ਨਾਲ ਅੱਜ ਕੱਲ੍ਹ ਘੱਟ ਕਿਉਂ ਬਣਦੀ ਤੇ ਦੂਜਿਆਂ ਨਾਲ ਵੱਧ ਕਿਉਂ ਬਣਦੀ ਅੱਜ ਕੱਲ੍ਹ? ਪਤਾ ਕਿਉਂ? ਆਪਦਿਆਂ ਦੇ ਨੇੜੇ ਹੋ ਕੇ ਉਹਦੇ ਔਗਣ ਦਿਖਣ ਲੱਗ ਪੈਂਦੇ, ਦੂਜਾ ਦੂਰ ਹੁੰਦਾ ਉਹਦੇ ਗੁਣ ਹੀ ਦੇਖਦੇ, ਇਸ ਕਰਕੇ ਬਾਹਰਲੇ ਨਾ ਜ਼ਿਆਦਾ ਬਣਦੀ, ਘਰ ਦੇ ਨਾ ਬਹੁਤ ਘੱਟ ਬਣਨ, ਇੱਟ ਖੜਕਾ ਰਹੂਗਾ ਉੱਥੇ, ਕਿਉਂ ਬਾਹਰਲੇ ਬੰਦੇ ਦਾ ਉੱਗਣ ਨਹੀਂ ਦੇਖਦਾ, ਬਸ ਦੂਰੋਂ ਦੇਖਦਾ। ਤਾਂ ਉਹ ਕਹਿਣ ਲੱਗੇ ਵੀ ਤੁਸੀਂ ਕਿਸੇ ਨਾਲ ਪ੍ਰੇਮ? ਕਹਿੰਦਾ ਮਹਾਰਾਜ ਜੀ ਵੀ ਮੈਂ ਸਾਧੂ ਬਣਦਾ ਆਂ ਵਾ, ਮਾਂ ਪਿਓ ਭੈਣ ਭਾਈ ਨਾਲ ਪ੍ਰੇਮ ਇਹ ਤਾਂ ਫਸਾਉਣ ਵਾਲੀਆਂ ਗੱਲਾਂ, ਇਹ ਤਾਂ ਬਹੁਤ ਵੱਡੇ ਵਿਘਨ ਆ ਰਾਹ ਚ ਰੱਬ ਦੇ। ਉਹ ਸੁਣਨ ਵਾਲੇ ਤੇ ਬੜੇ ਖੁਸ਼ ਹੋਏ ਪਰ ਮਹਾਤਮਾ ਨਾਰਾਜ਼ ਹੋ ਗਿਆ। ਮਹਾਤਮਾ ਕਹਿਣ ਲੱਗਾ ਫਿਰ ਮੇਰੀ ਤੁਹਾਡੇ ਅੱਗੇ ਗੁਜ਼ਾਰਿਸ਼ ਆ ਵੀ ਮੈਂ ਤੈਨੂੰ ਆਪਣਾ ਸਿੱਖ ਨਹੀਂ ਬਣਾ ਸਕਦਾ, ਤੁਸੀਂ ਹੋਰ ਕਿਤੇ ਚਲੇ ਜਾਓ। ਕਹਿੰਦਾ ਜੀ ਕਮਾਲ ਹੋ ਗਈ, ਲੋਕ ਤੇ ਲੱਭਦੇ ਫਿਰਦੇ ਆ ਵੀ ਜਿਹੜਾ ਕਿਸੇ ਦਾ ਮੋਹ ਨਾ ਕਰੇ, ਜਿਹਨੂੰ ਕਿਸੇ ਦੀ ਪਕੜ ਨਾ ਹੋਵੇ, ਇਹੋ ਜਿਹਾ ਬੰਦਾ ਚਾਹੀਦਾ।
ਤੇ ਤੁਸੀਂ ਕਿੱਦਾਂ ਦੀ ਗੱਲ ਕਰਦੇ ਹੋ? ਕਹਿੰਦੇ ਜੇ ਤੇਰੇ ਕੋਲੇ ਬੀਜ ਹੀ ਨਾ ਹੋਇਆ ਤੇ ਦਰਖਤ ਕਿੱਥੋਂ ਹੋਊਗਾ? ਰੱਬ ਦੇ ਨਾਲ ਪ੍ਰੇਮ ਲਾਉਣ ਵਾਸਤੇ ਮੈਨੂੰ ਕੋਈ ਪ੍ਰੇਮ ਦਾ ਬੀਜ ਚਾਹੀਦਾ, ਉਹ ਭਾਵੇਂ ਤੇਰਾ ਤੇਰੀ ਮਾਂ ਨਾ ਪ੍ਰੇਮ, ਥੋੜਾ ਜਿਹਾ ਮੈਨੂੰ ਪ੍ਰੇਮ ਪਹਿਲਾਂ ਚਾਹੀਦਾ ਤੇਰੇ ਅੰਦਰ, ਉਹਨੂੰ ਮੈਂ ਬੀਜੂੰਗਾ ਤੇ ਰੱਬ ਦਾ ਪੈਦਾ ਹੋਊਗਾ। ਉਹ ਭਾਵੇਂ ਤੇਰੇ ਪਿਤਾ ਦਾ ਪ੍ਰੇਮ ਆ, ਭੈਣ ਭਾਈ ਦਾ ਪ੍ਰੇਮ, ਤੇ ਜਦੋਂ ਤੇਰੇ ਅੰਦਰ ਬੀਜ ਹੀ ਨਹੀਂ ਹੈਗਾ ਤੇ ਤੂੰ ਕਿੱਥੋਂ ਭਾਲਦਾ ਵਾ ਵੀ ਰੱਬ ਨਾਲ ਪ੍ਰੇਮ ਪੈ ਜਾਏ ਤੇਰਾ? ਇਹ ਗੁਰਮਤ ਦਾ ਸਿਧਾਂਤ ਹੈ, ਇਹ ਗੁਰਮਤ ਦੀ ਫਿਲੋਸਫੀ ਹੈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਬੜੇ ਪ੍ਰੇਮ ਦੇ ਨਾਲ ਸਮਝਾਉਣ ਦਾ ਯਤਨ ਕਰਦੇ ਨੇ ਕਿ ਭਗਤ ਛੱਜੂ ਜੀ, ਸਾਰੀਆਂ ਇਸਤਰੀਆਂ ਵੀ ਨਹੀਂ ਮਾੜੀਆਂ, ਭੈਣ ਦੇ ਰੂਪ ਚ ਵੇਖ, ਮਾਂ ਦੇ ਰੂਪ ਦੇ ਵਿੱਚ ਵੇਖ, ਸਾਰਾ ਸੰਸਾਰ ਦੀ ਮਾੜਾ, ਤੇ ਫਿਰ ਆ ਗਏ ਭਗਤ ਸ਼ਾਹ ਹੁਸੈਨ। ਤਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਫਿਰ ਜਿਵੇਂ ਇਹਨਾਂ ਨੂੰ ਜਵਾਬ ਦਿੰਦੇ ਨੇ, ਆਓ ਸੁਣੀਏ ਬੜੇ ਪ੍ਰੇਮ ਦੇ ਨਾਲ ਆਪ ਜੀ ਫਰਮਾਉਂਦੇ ਹਨ। ਚੁੱਪਵੇ ਅੜਿਆ, ਚੁੱਪਵੇ ਅੜਿਆ, ਭਗਤ ਸ਼ਾਹ ਹੁਸੈਨ ਕਹਿੰਦਾ ਭਾਈ ਚੁੱਪ ਰਹੋ, ਚੁੱਪ ਰਹੋ, ਇਸ ਤਰ੍ਹਾਂ ਫਰਮਾਉਂਦਾ ਹੈ, ਬੋਲਣ ਦੀ ਨਹੀਂ ਜਾਏਵੇ ਅੜਿਆ, ਇਹ ਪਿਆਰੇ ਬੋਲਣ ਦੀ ਜਗ੍ਹਾ ਨਹੀਂ ਹੈ, ਬੋਲਣਾ ਨਹੀਂ ਚਾਹੀਦਾ, ਸੱਜਣਾ ਬੋਲਣ ਦੀ ਜਾਏ ਨਾਹੀਂ, ਇਹ ਮੇਰੇ ਪਿਆਰੇ ਸੱਜਣ ਬੋਲਣ ਦੀ ਥਾਂ ਨਹੀਂ ਹੈ, ਅੰਦਰ ਬਾਹਰ ਹਿਕਾ ਸਾਈ, ਅੰਦਰ ਤੇ ਬਾਹਰ ਇੱਕ ਹੀ ਰੱਬ ਵੱਸਦਾ ਹੈ, ਕਿਸ ਨੂੰ ਆਖ ਸੁਣਾਈ, ਤੇ ਤੂੰ ਕਿਹਨੂੰ ਕਹਿਣਾ ਤੇ ਕਿਹਨੂੰ ਸੁਣਾਉਣਾ ਹੈ? ਇੱਕੋ ਦਿਲ ਵਰ ਸਭ ਘਟ ਰਵਿਆ, ਇੱਕੋ ਹੀ ਦਿਲਾਂ ਦਾ ਪਿਆਰਾ, ਦਿਲਾਂ ਦਾ ਜਾਨੀ ਸਾਰੇ ਘਟਾਂ ਵਿੱਚ, ਸਰੀਰਾਂ ਵਿੱਚ ਪਰਿਪੂਰਨ ਹੋ ਕੇ ਬੈਠਾ ਹੈ, ਦੂਜੀ ਨਹੀਂ ਕਦਾਈ, ਉਹਦੇ ਤੋਂ ਬਿਨਾਂ ਦੂਜਾ ਕੋਈ ਵੀ ਸਰੀਰਾਂ ਵਿੱਚ ਨਹੀਂ ਰਹਿੰਦਾ, ਕਹੇ ਹੁਸੈਨ ਫਕੀਰ ਨਿਮਾਣਾ, ਨਿਮਾਣਾ ਫਕੀਰ ਰੱਬ ਦੇ ਦਰ ਦਾ, ਸੇਵਕਾਂ ਦਾ ਸੇਵਕ ਹੁਸੈਨ ਸਾਹਿਬ ਕਹਿੰਦੇ ਹਨ, ਸਤਿਗੁਰ ਥੋਂ ਬਲ ਬਲ ਜਾਹੀ, ਬਲਹਾਰ ਜਾਵਾਂ ਆਪਣੇ ਗੁਰੂ ਤੋਂ ਜਿਨ੍ਹੇ ਪਰਮੇਸ਼ਰ ਦੀ ਪ੍ਰਾਪਤੀ ਕਰਾ ਦਿੱਤੀ ਹੈ, ਸ੍ਰੀ ਅਰਜਨ ਮੁਸਕਾਵਤ ਬੋਲੇ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਬੜੇ ਖੁਸ਼ ਹੋ ਕੇ ਬੋਲੇ ਹਨ, ਕਰਨਾ ਭਰੇ ਰਸੀਲੇ ਨੈਣ, ਜਿਨ੍ਹਾਂ ਦੇ ਨੇਤਰ ਰਸ ਦੇ ਨਾਲ ਕਿਰਪਾ ਦੇ ਨਾਲ ਭਰੇ ਹੋਏ ਨੇ, ਨੇਤਰਾਂ ਵਿੱਚੋਂ ਕਿਰਪਾ ਵਰਦੀ ਹੈ, ਭਲਾ ਕਹਿਓ ਚੁੱਪ ਕਰੋ ਹਿਰਦੈ ਰੱਖ, ਕਹਿਣ ਲੱਗੇ ਸ਼ਾਹ ਹੁਸੈਨਾ ਬੜਾ ਚੰਗਾ ਆਖਿਆ ਵੀ ਚੁੱਪ ਰਹੋ, ਫਿਰ ਤੂੰ ਚੁੱਪ ਹੀ ਰਹਿ, ਫਿਰ ਬੋਲਦਾ ਕਾਹਤੋਂ ਹੈ, ਰਹੋ ਅਬੋਲੇ ਸ਼ਾਹ ਹੁਸੈਨ, ਅਬੋਲ ਰਹਿ ਫਿਰ ਸ਼ਾਹ ਹੁਸੈਨ, ਇਹ ਤਿੰਨੋ ਸ੍ਰੀ ਗੁਰ ਕੇ ਸਨਮੁਖ, ਇਸ ਤਰ੍ਹਾਂ ਇਹ ਤਿੰਨ ਭਗਤ ਜਿਹੜੇ ਨੇ ਇਹ ਮਹਾਰਾਜ ਦੇ ਸਾਹਮਣੇ, ਤਦ ਉੱਤਰ ਕੋ ਕਹਿਓ ਨਾ ਬੈਨ, ਇਹ ਤਿੰਨੇ ਨਿਮਰਤਾ ਚ ਹੀ ਰਹੇ ਨੇ, ਇਹਨਾਂ ਮਹਾਰਾਜ ਨੂੰ ਅੱਗਿਓਂ ਕੋਈ ਜਵਾਬ ਨਹੀਂ ਦਿੱਤਾ, ਭਗਤ ਕਾਨੇ ਵਾਂਗ, ਭਏ ਪ੍ਰਥਮ ਹੀ ਸਰਾਪ ਘੋਰ ਬਹੋ, ਪਹਿਲਾਂ ਹੀ ਬੜਾ ਵੱਡਾ ਬਚਨ ਮਹਾਰਾਜ ਦੇ ਮੁੱਖ ਤੋਂ ਨਿਕਲ ਚੁੱਕਾ ਕਾਨੇ ਦੇ ਪ੍ਰਤੀ, ਜਾਂ ਤੇ ਸ਼ਾਂਤ ਕੀਨ ਮਨ ਚੈਨ, ਇਸ ਕਰਕੇ ਇਹ ਤਿੰਨੇ ਭਗਤ ਜਿਹੜੇ ਨੇ, ਭਗਤ ਪੀਲੂ, ਭਗਤ ਛੱਜੂ ਤੇ ਭਗਤ ਸ਼ਾਹ ਹੁਸੈਨ,
ਇਹ ਸ਼ਾਂਤ ਹੋ ਕੇ ਨਿਮਰਤਾ ਵਿੱਚ ਹੀ ਰਹੇ ਨੇ, ਇਹਨਾਂ ਕੋਈ ਸਤਿਗੁਰੂ ਜੀ ਅੱਗੇ ਸਵਾਲ ਜਵਾਬ ਨਹੀਂ ਬਹੁਤੇ ਕੀਤੇ। ਤਾਂ ਮਹਾਰਾਜ ਕਹਿੰਦੇ ਸ਼ਾਹ ਹੁਸੈਨ ਜੀ ਚੁੱਪ ਉੱਥੇ ਰਹਿਣਾ ਚਾਹੀਦਾ ਹੈ, ਕਿਸੇ ਦੀ ਨਿੰਦਿਆ ਨਹੀਂ ਕਰਨੀ, ਇੱਥੇ ਚੁੱਪ ਰਹਿਣਾ ਚਾਹੀਦਾ, ਨਿੰਦਾ ਭਲੀ ਕਿਸੇ ਕੀ ਨਾ, ਆਪਣੀ ਸਲੋਤਾ ਨਹੀਂ ਕਰਦੀ, ਆਪਣੇ ਆਪ ਨੂੰ ਵੱਡਾ ਨਹੀਂ ਖਵਾਉਣਾ, ਇੱਥੇ ਚੁੱਪ ਰਹਿਣਾ ਚਾਹੀਦਾ। ਜਾਂ ਫਿਰ ਬਾਣੀ ਕਹਿੰਦੀ ਹੈ ਵੀ ਜਦੋਂ ਕਿਸੇ ਨੂੰ ਰੱਬ ਦੀ ਪ੍ਰਾਪਤੀ ਹੋ ਜੇ ਉਦੋਂ ਵੀ ਇਹ ਗੱਲ ਨਹੀਂ ਕਹਿਣੀ ਚਾਹੀਦੀ ਵੀ ਮੈਨੂੰ ਰੱਬ ਮਿਲਿਆ, ਮੈਂ ਰੱਬ ਹਾਂ, ਮੈਂ ਪਰਮੇਸ਼ਰ ਹਾਂ, ਮੈਂ ਪਾ ਲਿਆ, ਹੋਣ ਨਜੀਬ ਖੁਦਾਏ ਦੇ ਭੇਤ ਨਾ ਕਿਸੇ ਦੇਣ, ਉੱਥੇ ਵੀ ਚੁੱਪ ਰਹਿਣਾ ਚਾਹੀਦਾ। ਜਾਂ ਫਿਰ ਚੁੱਪ ਕਿੱਥੇ ਰਹਿਣਾ ਚਾਹੀਦਾ, ਜਿੱਥੇ ਕੋਈ ਮੂਰਖ ਹੋਵੇ, ਮੂਰਖੇ ਨਾਲ ਨਾ ਲੁਝੀਏ, ਇੱਥੇ ਵੀ ਚੁੱਪ ਰਹਿਣਾ ਚਾਹੀਦਾ। ਤਾਂ ਜਾਂ ਫਿਰ ਬਹੁਤਾ ਬੋਲਣ ਵੱਲੋਂ ਚੁੱਪ ਰਹਿਣਾ ਚਾਹੀਦਾ ਹੈ, ਬਹੁਤਾ ਬੋਲਣ ਝੱਖਣ ਹੋਏ, ਇੱਥੇ ਵੀ ਚੁੱਪ ਰਹਿਣਾ ਚਾਹੀਦਾ ਹੈ। ਪਰ ਜਿੱਥੇ ਕੋਈ ਰੱਬ ਦੇ ਸਾਧ ਸੰਗਤ ਚੱਲੇ, ਜਬ ਲੱਗ ਦੁਨੀਆ ਰਹੀਏ ਨਾਨਕ ਕਿਸ ਸੁਣੀਏ ਕਿਸ ਕਹੀਏ, ਇੱਥੇ ਬੋਲਣਾ ਚਾਹੀਦਾ। ਜਿੱਥੇ ਜ਼ੁਲਮ ਹੋਵੇ ਉੱਥੇ ਵੀ ਬੋਲਣਾ ਚਾਹੀਦਾ ਹੈ, ਜਿੱਥੇ ਰੱਬ ਦੀਆਂ ਕਥਾ ਕਹਾਣੀਆਂ ਕੀਤੀਆਂ ਜਾਣ ਉੱਥੇ ਵੀ ਭਜਨ ਕਰਨਾ ਚਾਹੀਦਾ। ਇਹ ਉਪਦੇਸ਼ ਸਤਿਗੁਰੂ ਜੀ ਸ਼ਾਹ ਹੁਸੈਨ ਤੇ ਨਾਰਾਜ਼ ਨਹੀਂ ਹੋਏ, ਬੜੇ ਖੁਸ਼ ਹੋਏ ਹਨ, ਪਰ ਫਿਰ ਵੀ ਉਪਦੇਸ਼ ਇਹ ਗੁਰਮਤ ਦੇ ਨਾਲ ਨਹੀਂ ਮਿਲਦਾ ਹੈ। ਸ਼ਾਹ ਹੁਸੈਨ ਜੀ ਨੇ ਵੀ ਨਿਮਰਤਾ ਧਾਰ ਕੇ ਰੱਖੀ, ਇਹਨਾਂ ਤਿੰਨਾਂ ਭਗਤਾਂ ਨੇ। ਅਨਰਸ ਭਇਓ ਸੰਗ ਸ੍ਰੀ ਗੁਰ ਕੇ, ਉੱਠ ਕਰ ਗਮਨੇ ਲਾਪੁਰ ਔਰ। ਸਤਿਗੁਰੂ ਜੀ ਦੇ ਨਾਲ ਅਨਰਸ ਬਣ ਗਿਆ ਹੈ, ਬੇਰਸੀ ਹੋ ਗਈ, ਇਹ ਉੱਠ ਕੇ ਫਿਰ ਵਾਪਸ ਚਲੇ ਗਏ ਨੇ ਭਗਤ ਕਾਨੇ ਦੇ ਨਾਲ ਲਾਹੌਰ ਵੱਲ। ਸ੍ਰੀ ਅੰਮ੍ਰਿਤਸਰ ਨਹੀਂ ਵਾਸ ਕਿਆ, ਵਸਣਾ ਚੱਲਿਓ ਕੁਛ ਲੱਖ ਗੁਰ ਜੋਰ। ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਇਹਨਾਂ ਨੇ ਨਿਵਾਸ ਨਹੀਂ ਕੀਤਾ, ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਆਤਮਕ ਸ਼ਕਤੀ ਅੱਗੇ ਇਹਨਾਂ ਦਾ ਬਲ ਨਹੀਂ ਚੱਲਿਆ ਕਿਸੇ ਦਾ। ਨਿਜ ਆਵਨ ਕੋ ਕਰ ਪਛਤਾਵਨ, ਲਿਹੋ ਅਨਾਦਰ ਸਰਾਪ ਜੋ ਘੋਰ। ਤੇ ਆਪਣਾ ਆਉਣਾ ਅੰਮ੍ਰਿਤਸਰ ਦੇ ਵਿੱਚ ਤੇ ਫੇਰ ਬਾਣੀ ਨਾ ਚੜ੍ਹਨੀ, ਪਛਤਾਉਣਾ ਤੇ ਕਾਨੇ ਨੇ ਸਰਾਫ ਲੈਣਾ, ਅਨਾਦਰ ਕਰਾਉਣਾ, ਆਦਿਕ ਗੱਲਾਂ ਨੂੰ ਸੋਚ ਕੇ ਬਹੁਤ ਪਛਤਾਉਂਦੇ ਜਾਂਦੇ ਨੇ ਰਾਹ ਦੇ ਵਿੱਚ। ਰਹਿਤ ਸਦਨ ਆਪਣੇ ਚਿਤ ਹਰ ਖਾਤੇ, ਕਿਮ ਆਵਤ ਇਮ ਹੋਏ ਇਸ ਠੋਰ। ਸੋਚਦੇ ਜਾਂਦੇ ਵੀ ਆਪਣੇ ਘਰ ਚ ਕਿੱਡੀ ਖੁਸ਼ੀ ਨਾਲ ਰਹਿੰਦੇ ਸੀ, ਕਿੰਨਾ ਸੁੱਖ ਸੀ, ਇੱਥੇ ਆਣ ਕੇ ਨਰਾਦਰ ਹੋ ਗਿਆ, ਕਾਨੇ ਨੇ ਸਰਾਫ ਲੈ ਲਿਆ, ਬੇਰਸੀ ਕਰਾਤੀ, ਕੀ ਲੋੜ ਸੀ ਇਹਦੇ ਨਾਲ ਆਉਣ ਦੀ। ਤਾਂ ਪਰ ਸਾਧ ਸੰਗਤ ਜੀ ਮਹਾਰਾਜ ਬਾਣੀ ਚ ਕਹਿੰਦੇ ਨੇ, ਮਤਾ ਕਰੇ ਪੱਛਮ ਕਹਿ ਤਾਂ ਹੀ, ਸੋਚਿਆ ਕੁਝ ਸੀ ਹੁੰਦਾ ਕੁਝ ਹੈ, ਪੂਰਬ ਹੀ ਲੈ ਜਾਤ। ਸਤਿਗੁਰੂ ਜੀ ਦੇ ਕਿੱਡੇ ਕਮਾਲ ਦੇ ਬਚਨ ਨੇ, ਸਿਆਨਪ ਕਾਹੂ ਕਾਮਨਾ ਆਤ, ਜੋ ਅਨਰੂਪਿਓ ਮੇਰਾ ਠਾਕੁਰ ਹੋਏ ਰਹੀ ਸੋ ਬਾਤ। ਦੇਸ਼ ਕਮਾਵਨ ਧਨ ਜੋਰਨ ਕੀ ਆਸਾ, ਬੀਚੇ ਨਿਕਲਿਓ ਸਾਸ। ਐਸੀ ਹਾਲਤ ਹੈ, ਸੋ ਇਸ ਤਰ੍ਹਾਂ ਦੀ ਬਣ ਗਈ, ਸੋਚਿਆ ਕੁਝ ਸੀ ਹੋ ਉੱਥੇ ਕੁਝ ਗਿਆ ਹੈ।
ਤਬ ਸਿਆਦਨ ਮੈਂ ਕਾਨਾ ਚੜ ਕਰੇ ਬੈਠਿਓ ਪਦਮਾਸਨ ਕਾਉ ਮਾਰੇ। ਤਾਂ ਰੱਥ ਦੇ ਵਿੱਚ ਬਹਿ ਕੇ ਨਾ ਪਹਿਲਾਂ ਕਾਨੇ ਨੇ ਪਦਮਾਸਨ ਲਾਇਆ। ਯੋਗ ਅਭਿਆਸ ਦੇ ਵਿੱਚ ਆਸਣ ਮੰਨੇ ਜਾਂਦੇ ਹਨ, ਤਾਂ ਪਦਮ ਆਸਣ ਲਾ ਕੇ ਜਾਂ ਸਿੰਘ ਆਸਣ ਮੰਨਿਆ ਜਾਂਦਾ ਹੈ, ਜਿਹਨੂੰ ਜਿੱਦਾਂ ਆਪਾਂ ਬਹਿੰਦੇ ਸਾਰੇ ਇਹਨੂੰ ਪੁੱਠੀ ਚੌਂਕੜੀ ਕਹਿੰਦੇ ਆ। ਇਹ ਆਪਾਂ ਨਾ ਧਰਿਆ ਪਰ ਯੋਗ ਅਭਿਆਸ 'ਚ ਇਹਨੂੰ ਸੁਖਾਸਣ ਕਹਿੰਦੇ ਆ। ਜਿੱਦਾਂ ਆਪਾਂ ਬਹਿੰਦੇ ਹਾਂ ਨਾ ਜਿਹਨੂੰ ਪੁੱਠੀ ਚੌਂਕੜੀ ਕਹਿੰਦੇ, ਇਹਨੂੰ ਯੋਗ ਅਭਿਆਸ 'ਚ ਕਹੀਦਾ ਸੁੱਖ ਆਸਣ। ਤਾਂ ਪਦਮ ਆਸਣ ਲਾ ਕੇ ਫਿਰ ਇਹ ਬੈਠਾ ਉੱਥੇ ਰੱਥ ਦੇ ਵਿੱਚ, ਆਪਣੇ ਸਵਾਸਾਂ ਨੂੰ ਚਾੜਦਾ ਪਿਆ ਦਸਮ ਦੁਆਰ ਦੇ ਵਿੱਚ। ਮਹਾਯੋਗ ਅਭਿਆਸੀ ਬਲ ਤੇ ਪੌਣ ਚੜਾਈ ਦਸਵੇਂ ਦੁਆਰ। ਮਹਾਯੋਗ ਬਹੁਤਾ ਵੱਡਾ ਯੋਗੀ ਸੀ, ਆਪਣੀ ਤਾਕਤ ਦੇ ਨਾਲ ਅਭਿਆਸ ਦੇ ਨਾਲ ਇਹਨੇ ਪੌਣ ਜਿਹੜੇ ਸਵਾਸ ਆ ਇਹ ਦਸਮ ਦੁਆਰ ਦੇ ਵਿੱਚ ਇਹਨੇ ਚਾੜ ਲਏ ਹਨ। ਸ੍ਰੀ ਅਰਜਨ ਕੇ ਸਰਾਪ ਕਹੇ ਤੇ ਚਿਤਵਤ ਚਿਤ ਮੈਂ ਬਹੁ ਡਰ ਧਾਰ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦਾ ਬਚਨ ਹੋਇਆ ਸੀ ਵੀ ਕਾਨਿਆ ਲਾਹੌਰ ਨੀ ਤੈਨੂੰ ਵੜਨ ਦਿੰਦੇ, ਰਾਹ ਚ ਮੌਤ ਆਵੇਗੀ। ਉੱਥੇ ਤੇ ਬੜੇ ਹੰਕਾਰ ਦੇ ਵਿੱਚ ਇਹ ਬੋਲਦਾ ਰਿਹਾ, ਪਰ ਹੁਣ ਜਦੋਂ ਰੱਥ ਚ ਬੈਠਾ ਤੇ ਡਰਦਾ ਪਿਆ, ਸੋਚਦਾ ਪਿਆ ਕੁਝ ਨਾ ਕੁਝ ਘਟਨਾ ਹੋਵੇਗੀ। ਤਾਂ ਇਹ ਗੱਲ ਚਿੱਤ ਚ ਸੋਚ ਕੇ ਦਵਾ ਦਵਾ ਸਵਾਸ ਇਹਨੇ ਦਸਮ ਦੁਆਰ ਚੜਾਏ ਨੇ ਵੀ ਮੇਰਾ ਨੁਕਸਾਨ ਨਾ ਕੋਈ ਹੋ ਜਾਵੇ। ਨਹਿ ਸਰੀਰ ਸੁਧ ਟਿਕੇ ਸਵਾਸ ਜਬ ਗਮਨੇ ਮਾਰਗ ਭਗਤ ਸੋ ਚਾਰ। ਇਹਨੂੰ ਫਿਰ ਸਰੀਰ ਦੀ ਸੁਧ ਬੁੱਧ ਭੁੱਲ ਗਈ, ਕਿਉਂ ਦਸਮ ਦੁਆਰ ਸਵਾਸ ਚਾੜ ਕੇ ਚੌਂਕੜਾ ਮਾਰ ਕੇ ਮੈਨੇ ਪਦਮਾਸਨ ਲਾ ਕੇ ਬਹਿ ਗਏ ਤੇ ਚਾਰ ਭਗਤ ਜਿਹੜੇ ਨੇ ਉਹ ਵੀ ਵਾਪਸ ਆਪੋ ਆਪਣੀ ਸਵਾਰੀਆਂ ਤੇ ਤੁਰ ਪਏ ਨੇ ਲਾਹੌਰ ਆਲੇ ਦੇ ਨਾਲ। ਚਲਤ ਕੋ ਸੌਣ ਮਾਨ ਕਰ ਤੀਨਹਾ ਜਾਨੀ ਮਨ ਹੋਏ ਵਿਘਨ ਮਹਾਨ। ਜਿਹੜੇ ਬਾਕੀ ਤਿੰਨ ਭਗਤ ਨੇ ਉਹ ਨਿਮਰਤਾ ਵਾਲੇ ਨੇ, ਉਹਨਾਂ ਨੂੰ ਪਤਾ ਹੈ ਵੀ ਕੁਝ ਨਾ ਕੁਝ ਚੰਦ ਜ਼ਰੂਰ ਚੜੂਗਾ ਰਾਹ, ਕੁਝ ਨਾ ਕੁਝ ਵਿਘਨ ਜ਼ਰੂਰ ਪਵੇਗਾ, ਏਦਾਂ ਉਹ ਸੋਚਦੇ ਜਾਂਦੇ ਹਨ। ਸਗਰੇ ਬਾਸੁਰ ਗਮਨੇ ਮਾਰਗ ਕੇਤਕ ਘਟੀ ਰਹਿਓ ਦਿਨ ਆਨ। ਸਾਰੀ ਦਿਹਾੜੀ ਰਾਹ ਦੇ ਵਿੱਚ ਤੁਰੇ ਗਏ, ਜਦੋਂ ਸ਼ਾਮ ਪੈਣ ਵਾਲੀ ਸੀ ਨਾ ਕੁਝ ਘੜੀਆਂ ਦਿਨ ਰਹਿ ਗਿਆ। ਲਵਪੁਰ ਲੱਗੇ ਬਿਲੋਕਨ ਤਬਹੁ ਤ੍ਰਾਸ ਸ਼ੋਰ ਕਰ ਭੀ ਸੁਖ ਮਾਨ। ਲਾਹੌਰ ਸ਼ਹਿਰ ਦਿਖਣ ਲੱਗ ਪਿਆ ਤੇ ਇਹਨਾਂ ਦੇ ਮਨ ਚੋਂ ਡਰ ਨਿਕਲ ਗਿਆ ਵੀ ਮਹਾਰਾਜ ਦਾ ਬਚਨ ਨਿਸਫਲ ਹੋ ਗਿਆ ਹੈ, ਲਾਹੌਰ ਆ ਚੱਕੇ ਹਾਂ। ਇਸ ਕਰਕੇ ਇਹ ਨਿਰਭੈ ਹੋਏ, ਇਹਨਾਂ ਨੂੰ ਸੁੱਖ ਦਾ ਸਾਹ ਆਇਆ ਹੈ ਤੇ ਚੌਥੇ ਕਾਨੇ ਨੇ ਤੇ ਸਵਾਸ ਚੜਾਏ ਨੇ ਦਸਮ ਦੁਆਰ। ਸੂਤ ਜਾਤ ਸਿਆਦਨ ਕੋ ਪ੍ਰੇਰਤ ਅਤ ਤੂਰਨਤਾ ਚਲਵੇ ਠਾਨ। ਜਿਹੜਾ ਰੱਥ ਨੂੰ ਚਲਾਉਣ ਵਾਲਾ ਰਥਵਾਈ ਹੈ ਉਹ ਬੜੀ ਤੇਜ਼ੀ ਦੇ ਨਾਲ ਰੱਥ ਨੂੰ ਭਜਾ ਕੇ ਘੋੜਿਆਂ ਨੂੰ ਪ੍ਰੇਰ ਕੇ ਲਈ ਜਾ ਰਿਹਾ ਹੈ ਲਾਹੌਰ ਵੱਲ ਨੂੰ। ਇਸ ਛਿਨ ਮਹਾ ਪਰਭੰਜਨ ਗਮਨੀ ਭੰਜਨ ਬ੍ਰਿਸ਼ ਅਨੇਕਨ ਕੇਰ। ਬਸ ਉਸੇ ਸਮੇਂ ਕਹਿੰਦੇ ਹਨੇਰ ਆਇਆ ਹੈ,
ਝੱਖੜ ਆਇਆ ਹੈ, ਇਹੋ ਜਿਹਾ ਝੱਖੜ ਹਨੇਰ ਆਇਆ ਜਿਹੜਾ ਦਰਖਤਾਂ ਨੂੰ ਵੀ ਤੋੜ ਤੋੜ ਕੇ ਸੁੱਟਦਾ ਜਾ ਰਿਹਾ ਪੁੱਟ ਪੁੱਟ ਕੇ। ਕੰਕਰ ਸਹਿਤ ਧੂਲ ਬਹੁ ਉਡਕਾਰ, ਪਸਰੀ ਜਿਤ ਕਿਤ ਗਗਨ ਬਡੇਰ। ਔਰ ਕੰਕਰ ਪੱਥਰਾਂ ਦੇ ਸਹਿਤ, ਧੂਲ ਦੇ ਮਿੱਟੀ ਦੇ ਸਮੇਤ ਉਹ ਝੱਖੜ ਵਗਦਾ ਪਿਆ ਹੈ, ਤੇ ਸਾਰੇ ਅਸਮਾਨ ਚ ਚਾਰੇ ਪਾਸੇ ਉਹ ਛਾ ਚੁੱਕਾ ਹੈ। ਹਨੇਰੀ ਜਿਹੜੀ ਹੈ ਉਹਨੇ ਐ ਇੱਕ ਵਾਰੀ ਹਨੇਰਾ ਕਰ ਦਿੱਤਾ। ਲੋਕਨ ਪਸਨ ਬਲੋਚਨ ਮੁੰਦੇ, ਆਗੇ ਪਾਛੇ ਜਾਏ ਨਾ ਹੇਰ। ਲੋਕਾਂ ਦੀਆਂ ਅੱਖਾਂ ਨੀ ਖੁੱਲਦੀਆਂ, ਪਸ਼ੂਆਂ ਦੀਆਂ ਅੱਖਾਂ ਨੀ ਖੁੱਲਦੀਆਂ, ਅੱਗੇ ਪਿੱਛੇ ਕੁਝ ਨੀ ਦਿਖਦਾ। ਵਿਆਕਲ ਕਰੇ ਜੀਵ ਵਹੁ ਜਿਸਨੇ, ਵੱਡੀ ਅੰਧੇਰੀ ਕੀਨ ਅੰਧੇਰ। ਜਿਸ ਹਨੇਰੀ ਨੇ ਜੀਵ ਵੀ ਵਿਆਕਲ ਕਰ ਦਿੱਤੇ ਨੇ, ਐਸੀ ਹਨੇਰੀ ਵਗੀ ਉੱਥੇ ਲਾਹੌਰ ਦੇ ਲਾਗੇ ਪਹੁੰਚ ਕੇ। ਤਰਾਸ ਕਰੇ ਬਾਹਨ ਤੇ ਵਿਦਕੇ, ਇਤੁੱਤ ਫਿਰੇ ਭ੍ਰਮਤ ਤਜ ਰਾਹੋ। ਘੋੜੇ ਜਿਹੜੇ ਨੇ ਉਹ ਤ੍ਰਭਕ ਕੇ ਇੱਧਰ ਉੱਧਰ ਭੱਜੇ ਫਿਰਦੇ ਹਨ ਰਾਹ ਦੇ ਵਿੱਚ। ਜੋਰ ਯਤਨ ਕਰ ਹੱਥ ਡੋਰ ਧਾਰ, ਬਹੁਤ ਸਾਰਥੀ ਰੁਕ ਹੈ ਤਾਹੋ। ਰਥਵਾਈ ਬਹੁਤਾ ਜ਼ੋਰ ਲਾ ਕੇ ਲਗਾਮਾਂ ਖਿੱਚ ਖਿੱਚ ਕੇ ਮਸਾਂ ਰੋਕਦੇ ਹਨ, ਪਰ ਰੋਕਦੇ ਨਹੀਂ ਹਨ, ਐਸਾ ਹਨੇਰ ਵਗਦਾ ਹੈ ਉੱਥੇ। ਬਿਖਮ ਥਾਨ ਤਬ ਉਲਟਿਓ ਰਥ, ਗਿਰ ਕਾਨਾ ਪਰਿਓ ਭੂਮ ਤੇ ਮਾਹੋ। ਭਗਤ ਕਾਨੇ ਦਾ ਰਥ ਜਿਹੜਾ ਸੀ ਇਸ ਹਨੇਰ ਵਿੱਚ ਤੇ ਸਪੀਡ ਨਾਲ ਭੱਜਦਾ ਜਾਣ ਕਰਕੇ ਨਾ ਦਿਖਿਆ, ਇਹੋ ਜੇ ਟੋਏ ਜਾਂ ਪੱਥਰ ਦੇ ਵਿੱਚ ਉਹਦਾ ਰਥ ਦਾ ਪਹੀਆ ਪਿਆ ਕਿ ਰਥ ਮੂਧਾ ਹੋਇਆ ਤੇ ਭਗਤ ਕਾਨਾ ਰਥ ਦੇ ਵਿੱਚੋਂ ਡਿੱਗ ਚੁੱਕਾ ਹੈ। ਨਹਿ ਸੁਧ ਲਈ ਗਈ ਕਿਸ ਹੂੰ ਤੇ, ਕਰਹਿ ਉਚਾਵਨ ਜੇ ਤਿਸ ਪਾਹੋ। ਉੱਥੇ ਕਿਸੇ ਨੂੰ ਦਿਖਦਾ ਸੀ ਕਿਸੇ ਨੂੰ ਵੀ ਕੀ ਹੋ ਰਿਹਾ? ਜੇ ਦਿਖਦਾ ਹੁੰਦਾ ਤੇ ਚੁੱਕ ਲੈਂਦੇ, ਕਿਸੇ ਤੋਂ ਖਬਰ ਨਾ ਲਈ ਗਈ ਵੀ ਕਾਨੇ ਨਾਲ ਕੀ ਹੋਇਆ ਉੱਥੇ। ਬਾਹਨ ਦੌਰਤ ਰਥ ਕੋ ਐਂਚਿਤ, ਕਾਨੇ ਕੇ ਸਿਰ ਪਰ ਸੋ ਜਾਏ। ਜਿਹੜਾ ਪਿਛਲਾ ਵਾਹਨ ਸੀ ਉਹ ਭੱਜਾ ਆਉਂਦਾ ਸੀ, ਦਿਖਿਆ ਕੁਝ ਨਾ, ਰਥ ਦਾ ਪਹੀਆ ਫਿਰ ਕਾਨੇ ਦੇ ਸਿਰ ਉੱਤੋਂ ਦੀ ਲੰਘਿਆ, ਜਿੱਥੇ ਸਵਾਸਾਂ ਦਾ ਚੜਾ ਕੇ ਮਾਣ ਕੀਤਾ ਸੀ ਵੀ ਮੈਂ ਮਰ ਨਹੀਂ ਸਕਦਾ, ਉਹ ਸੇਰੀ ਮਹਾਰਾਜ ਨੇ ਫੜ ਕੇ ਇੱਥੇ ਫੇਰ ਦਿੱਤਾ ਭਗਤ ਕਾਨੇ ਦਾ ਰਥ ਦੇ ਨਾਲ। ਫੂਟਿਓ ਨਿਕਸੀ ਮਿਜ ਸੀਸ ਤੇ, ਤਤਸ਼ਨ ਗਏ ਪ੍ਰਾਣ ਬਿਨਸਾਈ। ਬਸ ਉਸੇ ਵੇਲੇ ਸਿਰ ਫੁੱਟ ਗਿਆ, ਮਿਜ ਜਿਹੜੀ ਹੈ ਵਿੱਚੋਂ ਨਿਕਲੀ ਹੈ, ਪ੍ਰਾਣ ਜਿਹੜੇ ਹਨ ਉਹ ਸਰੀਰ ਚੋਂ ਨਿਕਲ ਚੁੱਕੇ ਹਨ। ਆਪ ਨਹੀਂ ਤਨ ਕੀ ਸੁਧ ਮਾਹੂ, ਜਿਸ ਤੇ ਉੱਠ ਇਤ ਉਤ ਹੈ ਬਚਾਏ। ਆਪਣੇ ਆਪ ਨੂੰ ਵੀ ਖਬਰ ਨਹੀਂ ਸੀ, ਸਵਾਸ ਚੜਾਏ ਸੀ ਦਸਮ ਦੁਆਰ ਨਹੀਂ ਤੇ ਭੱਜ ਕੇ ਬਚ ਜਾਂਦਾ, ਔਰ ਦਸਮ ਦੁਆਰ ਸਵਾਸ ਚੜਾਏ ਸੀ, ਇਸ ਕਰਕੇ ਆਪ ਨੂੰ ਵੀ ਖਬਰ ਨਹੀਂ ਹੋਈ ਵੀ ਕੀ ਹੋ ਗਿਆ, ਮੇਰੇ ਨਾਲ ਭਾਣਾ ਵਰਤ ਗਿਆ। ਸੁਨੋ ਸੈਦਨ ਹੀਰ ਸਾਰਥੀ ਟਿਕ, ਸੋ ਰਹਿਓ ਨਹੀਂ ਸੁਧ ਪਾਏ। ਖਾਲੀ ਰਥ ਵੇਖ ਕੇ ਸਾਰਥੀ ਨੂੰ ਪਤਾ ਨਾ ਲੱਗਾ ਕਿ ਕਾਨਾ ਜੀ ਕਿੱਥੇ ਚਲੇ ਗਏ ਹਨ। ਮਾਇਓ ਵਿਸਾਲ ਬਹੁਰ ਤਤਕਾਲ ਹੈ,
ਹਟੀ ਧੂਲ ਜੁੱਤ ਬਿਮਲ ਆਕਾਸ਼। ਤਾਂ ਫਿਰ ਜਦੋਂ ਹਨੇਰੀ ਹਟੀ, ਅਸਮਾਨ ਸਾਫ਼ ਹੋਇਆ, ਤੇ ਫਿਰ ਭਾਲਣ ਦੀ ਸਾਰਿਆਂ ਨੇ ਪੜਤਾਲ ਕਰਨ ਦੀ ਸ਼ੁਰੂਆਤ ਕੀਤੀ। ਖੋਲ ਬਿਲੋਚਨ ਲੱਗੇ ਬਿਲੋਕਨ, ਮਾਰ ਤੰਡ ਕੋ ਭਇਓ ਪ੍ਰਕਾਸ਼। ਅੱਖਾਂ ਖੁੱਲਣ ਲੱਗੀਆਂ, ਸੂਰਜ ਦਾ ਪ੍ਰਕਾਸ਼ ਦਿਸਣ ਲੱਗਾ, ਫੇਰ ਕਿਤੇ ਜਾ ਕੇ ਆਪਣੇ ਪਰਾਏ ਦੀ ਸੰਭਾਲ ਹੋਣ ਲੱਗੀ ਹੈ। ਦੇਖਿਓ ਪਰਿਓ ਸੀਸ ਜਿਸ ਫੂਟਿਓ, ਸ੍ਰੀ ਗੁਰੂ ਬਚਤੇ ਪ੍ਰਾਨ ਵਿਨਾਸ। ਵੇਖਿਆ ਕੀ ਕਿ ਕਾਨੇ ਦਾ ਸਿਰ ਫੁੱਟ ਚੁੱਕਾ ਹੈ, ਜਿਵੇਂ ਹਦਵਾਣਾ ਭੰਨ ਦਈਦਾ ਫੜ ਕੇ, ਏਦਾਂ ਉਹਦੇ ਸਰੀਰ ਦੀਆਂ ਖੱਖਰੀਆਂ ਖਿਲਰ ਚੁੱਕੀਆਂ ਨੇ। ਧੰਨ ਗੁਰੂ ਅਰਜਨ ਦੇਵ ਸਾਹਿਬ ਦਾ ਬਚਨ ਉਹਦੇ ਵਿੱਚ ਦੀ ਲੰਘ ਚੁੱਕਾ ਸੀ। ਹਾਹਾਕਾਰ ਸੋ ਕਰਤ ਉਠਾਇਓ, ਲੇਪੁਰ ਗਮਨੇ ਤਨ ਬਿਨ ਸਵਾਸ। ਰੋਂਦਿਆਂ ਕਰਲਾਉਂਦਿਆਂ ਹਾਏ ਹਾਏ ਕਰਦਿਆਂ ਨੇ ਚੁੱਕਿਆ ਤੇ ਲੈ ਕੇ ਲਾਹੌਰ ਗਏ ਹਨ। ਸਸਕਾਰਿਓ ਮਿਲ ਨਰਨ ਉਚਾਰਿਓ, ਕਹਾਂ ਪਿਓ ਇਸ ਬੈਸ ਮਹਾਨ। ਸਾਰਿਆਂ ਸਸਕਾਰ ਕੀਤਾ ਤੇ ਜਿਹੜੇ ਉਹਦੇ ਸੇਵਕ ਸੀ ਉਹ ਗੱਲਾਂ ਕਰਨ, ਇਹਨੂੰ ਕੀ ਹੋ ਗਿਆ, ਇਹ ਤੇ 500 ਸਾਲ ਜਿਉਣਾ ਸੀ, ਇਹਦੇ ਜੋਗਾ ਅਭਿਆਸੀ ਸੀ, ਦਸਮ ਦੁਆਰ ਸਵਾਸ ਚੜਾ ਲੈਂਦਾ ਸੀ। ਪਰ ਇੱਥੇ ਸਾਧ ਸੰਗਤ ਜੀ ਇੱਕ ਬੇਨਤੀ ਕਰਾਂ, ਸਾਰ ਕਿਤਾਵਲੀ ਦੇ ਵਿੱਚ ਬੜਾ ਸੋਹਣਾ ਪੰਡਿਤ ਹਰਦਿਆਲ ਜੀ ਨੇ ਨਰਾਜ ਛੰਦ ਲਿਖਿਆ ਹੈ, ਉਹ ਲਿਖਦੇ ਨੇ, ਪਤਾਲ ਮੈਂ ਪ੍ਰਵੇਸ਼ ਹੋਏ, ਇੰਦਰ ਲੋਕ ਮੈਂ ਪ੍ਰਵੇਸ਼ ਹੋਏ, ਗ੍ਰਿੰਦ ਜੋ ਸੁਮੇਰ ਚਾਰ ਤਾਹੇ ਪੈ ਨਿਵਾਸ ਹੈ। ਭਾਵੇਂ ਤੂੰ ਸੱਜਣਾ ਪਤਾਲ ਚ ਪ੍ਰਵੇਸ਼ ਕਰ ਜਾ, ਭਾਵੇਂ ਤੇਰੀ ਯਾਰੀ ਪੈ ਜੇ ਸਵਰਗਾਂ ਦੇ ਬਾਦਸ਼ਾਹ ਇੰਦਰ ਨਾਲ, ਤੇ ਉਹ ਤੈਨੂੰ ਲਕੋਲੇ ਸਵਰਗਾਂ ਚ, ਤੇ ਭਾਵੇਂ ਤੂੰ ਜਿਹੜਾ ਸਭ ਤੋਂ ਵੱਡਾ ਸੁਮੇਰ ਪਰਬਤ ਹੈ ਉੱਥੇ ਜਾ ਕੇ ਲੁਕ ਜਾ, ਜੋ ਮੰਤਰ ਭੀਖ ਜੰਗ ਕਰੇ ਵਿਆਦ ਹਾਰ ਕਾਰਨ, ਭਾਵੇਂ ਤੂੰ ਮੰਤਰ ਸਿੱਧ ਕੀਤੇ ਹੋਣ, ਭਾਵੇਂ ਤੂੰ ਦਵਾਈਆਂ ਜਾਣਦਾ ਹੋਵੇਂ, ਵੈਦ ਹੋਵੇਂ ਬੜਾ ਵੱਡਾ, ਇੰਨਾ ਕੁਝ ਤੈਨੂੰ ਆਉਂਦਾ ਹੋਵੇ, ਪਰ ਜੋ ਹੋਣ ਹੈ ਸੋ ਹੋਏ ਹੈ। ਜਿਹੜੀ ਮੌਤ ਹੋਣੀ ਆ ਉਹ ਹੋ ਕੇ ਰਹਿਣੀ ਆ, ਜੋ ਹੋਣ ਹੈ ਸੋ ਹੋਏ ਹੈ, ਅਤਰ ਹੇਤ ਨਾ ਵਿਚਾਰਨ। ਇਹਦੇ ਵਿੱਚ ਹੋਰ ਕੋਈ ਕਾਰਨ ਕਿਸੇ ਦਾ ਚੱਲਦਾ ਨਹੀਂ ਸਾਧ ਸੰਗਤ, ਹੰਕਾਰ ਲੈ ਕੇ ਬਹਿ ਗਿਆ ਭਗਤ ਕਾਨੇ, ਹੰਕਾਰ ਹੀ ਸੀ। ਬੜਾ ਸੋਹਣਾ ਸੂਫੀ ਸੰਤ ਨੇ ਲਿਖਿਆ, ਕਹਿ ਕੇ ਸਮਾਪਤੀ ਕਰੀਏ, ਸਮਾਂ ਪੂਰਾ ਹੈ। ਉਹ ਲਿਖਦੇ ਨੇ, ਫੁੱਲਾਂ ਦਾ ਤੂੰ ਅਤਰ ਬਣਾ। ਆ ਧਿਆਨ ਨਾਲ ਸੁਣਿਓ ਸਾਰੇ, ਹਉਮੈ ਮੈਂ ਦੇ ਬਾਰੇ। ਫੁੱਲਾਂ ਦਾ ਤੂੰ ਅਤਰ ਬਣਾ, ਅਤਰ ਦਾ ਤੂੰ ਫਿਰ ਬਣਾ ਦਰਿਆ, ਦਰਿਆ ਦੇ ਵਿੱਚ ਰੱਜ ਕੇ ਨਾ, ਮੱਛੀਆਂ ਵਾਂਗੂ ਤਾਰੀਆਂ ਲਾ, ਫਿਰ ਵੀ ਤੇਰੀ ਬੋ ਨਹੀਂ ਜਾਣੀ, ਫਿਰ ਵੀ ਤੇਰੀ ਬੋ ਨਹੀਂ ਜਾਣੀ, ਪਹਿਲਾਂ ਆਪਣੀ ਮੈਂ ਮਕਾ। ਕਮਾਲ ਕੀਤੀ ਹੈ ਸੂਫੀ ਸੰਤਾਂ ਨੇ। ਮੱਕੇ ਗਿਆ ਗੱਲ ਮੁੱਕਦੀ ਨਾਹੀਂ, ਭਾਵੇਂ 100-100 ਜੁੰਮੇ ਪੜ੍ਹਾਈਏ,
ਗੰਗਾ ਗਿਆ ਗੱਲ ਮੁੱਕਦੀ ਨਹੀਂ, ਭਾਵੇਂ ਸੌ ਸੌ ਗੋਤੇ ਖਾਈਏ। ਗਿਆ 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 ਜਿੱਥੇ ਮਰਨ ਤੋਂ ਬਾਅਦ ਪਿੰਡ ਭਰੀਦਾ, ਹਿੰਦੁਸਤਾਨ ਚ ਮਰਨ ਤੋਂ ਬਾਅਦ ਕੋਈ ਮਰ ਜੇ ਉੱਥੇ ਪਿੰਡ ਭਰੀਦਾ, ਦੀਵਾ ਜਗਾਉਣਾ ਪੈਂਦਾ, ਜਿਹਦੇ ਬਾਰੇ ਮਹਾਰਾਜ ਦਾ ਸ਼ਬਦ ਵੀ ਆ, ਦੀਵਾ ਮੇਰਾ ਏਕ ਨਾਮ। ਗਿਆ ਗਿਆ ਗੱਲ ਮੁੱਕਦੀ ਨਾ ਹੀ, ਭਾਵੇ ਸੌ ਸੌ ਪੰਡ ਪੜਾਈਏ। ਬੁੱਲੇ ਸ਼ਾਹ, ਗੱਲ ਉਦੋਂ ਹੀ ਮੁੱਕਦੀ ਕਦੋਂ ਬਈ, ਜਦੋਂ ਦਿਲ ਤੋਂ ਮੈਂ ਮੁਕਾਈਏ। ਇਹ ਹਉਮੈ ਜਿਹੜੀ ਹੈ ਇਹੀ ਲੈ ਕੇ ਬਹਿ ਗਈ, ਬਾਕੀ ਤਿੰਨ ਭਗਤ ਤਰ ਗਏ ਤੇ ਕਾਨਾ ਫਿਰ ਇੱਥੇ ਡੁੱਬ ਗਿਆ। ਮਹਾਰਾਜ ਨਾਲ ਅੜਨ ਕਰਕੇ ਹੰਕਾਰਿਆ ਸੋ ਮਾਰਿਆ, ਉਹਆਂ ਭੁੱਲਾ ਚੁੱਕਾਂ ਦੀ ਖਿਮਾ। ਅੱਗੇ ਵਾਸਤੇ ਸਾਰੀ ਸੰਗਤ ਦੇ ਸਮਤ ਬਖਸ਼ਣੀ ਜੀ, ਆਪ ਜੀ ਬੜੇ ਵੱਡਿਆਂ ਭਾਗਾਂ ਵਾਲੇ ਹੋ, ਜਿਹੜੇ ਹਰ ਰੋਜ਼ ਨਾਮ ਸਿਮਰਨ ਅਭਿਆਸ ਵਿੱਚ ਹਾਜ਼ਰੀਆਂ ਭਰ ਕੇ ਜੀਵਨ ਸਫਲਾ ਬਣਾਉਂਦੇ ਹੋ। ਸਤਿਗੁਰੂ ਜੀ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਬਾਣੀ ਦਾ ਮਹਾਤਮ, ਆਓ ਨਾਮ ਜਪ ਕੇ ਇਹਨੂੰ ਸਫਲਾ ਬਣਾਈਏ। ਜਿੱਥੋਂ ਆਪਾਂ ਕਥਾ ਸ਼ੁਰੂ ਕੀਤੀ ਸੀ, ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਭੁੱਲ ਚੁੱਕ ਦੀ ਖਿਮਾ। ਲੇਖਕ ਤੇ ਨਾ ਛੁੱਟੀਏ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।